करीब माशा अल्लाह साढ़े दिल भी करीब कर दे। अल्हम्दुलिल्लाह वकफा वसलाम अला इबादिही अल्लज़ीन इस्तफा। अम्मा बादु फऔज़ु बिल्लाहि समीउल अलीम मिनश शैतानिर रजीम। बिस्मिल्लाहिर रहमानिर रहीम। इत्थे आओ, नेड़े नहीं साहब, इत्थे आओ। खैरुकुम खैरुकुम ले अहली वाना खैरुकुम मिन अहली। يا أيها الذين آمنوا اتقوا الله حق تقاته ولا تموتن إلا وأنتم مسلمون. يا أيها الذين آمنوا اتقوا الله وقولوا قولا سديدا. إن الله وملائكته يصلون على النبي. يا أيها الذين آمنوا صلوا عليه وسلموا تسليما. اللهم صل على محمد وعلى آل محمد. سب کہہ دے صلی اللہ علیہ علیہ وآلہ وسلم. اللهم صل على محمد وعلى آل محمد كما باركت على إبراهيم وعلى آل إبراهيم إنك حميد مجيد. آج ساؤنڈ بڑا ٹوری ہے تے مولوی وی لوری ہے، ساؤنڈ بڑا ٹوری یہو جہ لوایا کرو ساؤنڈ. خلا دی قسم مولوی نے گھنٹہ ڈیڑھ بولنا ہوئے یہو جہ ساؤنڈ تے مولوی فٹ جاندا پانچ چار گھنٹے بول جاندا. خیر اج نہیں، اج ایویں تھوڑا میں بڑا پھنڈیا پیا. کل میری چھ تقریر سی، اج تیسری کرن دیا. اج میں اس دو تین دن تو سو نہیں سکیا، پروگرام لگاتار اثر زور اس طرح، کیونکہ یہ جڑا بہار دی رت ہوندی نا، مولویاں تے بھی بہار آئی ہوندی ہے. صدیقی صاحب اگے آؤ، تھی چھپ کے بیٹھے سے تھے، آپ سب چلے گئے نہیں؟ نہیں نہیں، فجر پڑھا کے آپ کہڑی سٹیوی بناونا ہے. مل کے پیار نہ رکھ مجھ پہ جائی، روزے بھی میں رکھاں گا نمازاں بھی میں پڑھاں گا، پاک قرآن دی تلاوت بھی میں کراں گا. کردے تیرے نالے کردے تیرے نالے مولا سچا وعدہ، مولا سانو معاف کر دے. مل کے پیار نہ دی معافی جڑا بندہ نہیں رب کول منگدا. نبی کریم نے فرمایا، اللہ کہندا سونیا میں انہاں نوں گرک کر کے ایسی ہمت پیدا کرا گناہ کرن، مینوں کول معافی منگن تے میں معافی دا قلم پھیراں. کردے تیرے نال مولا سچا وعدہ، مولا سانوں معاف کر دے. کائی کہندا نال رکھ لے، ایدا ہی تے توڑ کڈیا وے. مل کے پیار نال ریا گل نہیں بندی، گل منیا بندی اے. مل کے ناب جی مل کے پیار نال بالکل گونج پینی چاہیے پوری مسجد دا حال. جنہاں اینی سونی مسجد بنائی، ٹیلا لائیاں، اللہ انہاں دے قبراں دے فرش وی جناب والا جنتی بنا دے وے. آمین. مل کے سارے پیار نے ایڈی سونی مسجد ہے، ہر چار ڈبے مسجد نو پتہ نہیں لگتا، یہ ڈبیاں دا کمال نہیں، اینڈے وڈے ہال دا کمال ہے.
ਤੇ ਫਿਰ ਹਾਲ ਜਨਾਬ ਏਡਾ ਵੱਡਾ ਹੋਵੇ ਤੇ ਫਿਰ ਜਨਾਬ ਆਵਾਜ਼ ਕਿਵੇਂ ਗੂੰਜ ਸਕਦੀ ਏ? ਇਹ ਤੁਹਾਡੀ ਜ਼ੋਰ ਮਾਂ ਦੇ ਦੁੱਧ ਵਾਲਾ ਲੱਗਣਾ ਤੇ ਗੂੰਜਣੀ, ਐਵੇਂ ਨਹੀਂ ਗੂੰਜਣੀ ਹੈ। ਤੇ ਜੇ ਡੱਬੇ ਵਾਲਾ ਲਾਇਆ ਤੇ ਇਹ ਤੇ ਇਨਸ਼ਾਅੱਲਾ ਪੜਦੇ ਹੋ ਪਰਾਂ ਨਹੀਂ ਜਾਣੀ, ਮਿਲ ਕੇ ਪਰਾਂ ਗੂੰਜ ਪੈ ਜਾਏ। ਕਰਦੇ ਤੇਰੇ ਨਾਲੇ ਮੌਲਾ ਸੱਚਾ ਵਾਦਾ, ਮੌਲਾ ਸਾਨੂੰ ਨਾਲ ਰੱਖਦਾ ਮਾਫ ਕਰਦੇ। ਸਾਰੇ ਪੜਵਾਨ ਗਵਾਨ ਵੇਖੋ, ਕਰਦੇ ਤੇਰੇ ਨਾਲੇ ਮੌਲਾ ਸੱਚਾ ਵਾਦਾ, ਮੌਲਾ ਸਾਨੂੰ ਮਾਫ ਕਰਦਾ। ਬੰਦਾ ਉਹਦੇ ਕੋਲ ਮਾਫ਼ੀ ਨਹੀਂ ਮੰਗਦਾ ਜਿਹਦੇ ਨਾਲ 751 ਹੋਵੇ। ਮੈਨੂੰ ਲੱਗਦਾ ਜਿਹੜੇ ਨਹੀਂ ਬੋਲਦੇ ਉਹਨਾਂ ਦੀ ਰੱਬ ਨਾਲ ਕੋਈ ਦੁਸ਼ਮਣੀ, ਤੇ ਅੱਲਾਹ ਨਾਲ ਤੇ ਦੁਸ਼ਮਣੀ ਪਾਉਣ ਵਾਲਾ ਕਦੀ ਖੈਰ ਨਾ ਵਸਿਆ ਹੀ। ਤੇ ਖੁਦਾ ਦਾ ਨਾ ਸਾਰੇ ਬੋਲੋ, ਖਰਦੇ ਤੇਰੇ ਨਾਲੇ ਮੌਲਾ ਸੱਚਾ ਵਾਦਾ, ਮੌਲਾ ਸਾਨੂੰ ਮਾਫ਼ ਕਰ ਦੇ। ਜਿੰਨਾ ਚਿਕਰ ਸਾਰੇ ਨਾ ਬੋਲੇ ਗੱਲ ਇੱਥੇ ਰਹਿਣੀ ਏ। ਖਰਦੇ ਤੇਰੇ ਨਾਲੇ ਮੌਲਾ ਸੱਚਾ ਵਾਦਾ, ਮੌਲਾ ਸਾਨੂੰ ਮਾਫ਼ ਕਰ ਦੇ। ਸਾਫ ਕਰਾਂਗਾ ਮੈਂ ਤੇਰਾ ਦਵਾਰਾ, ਜੰਨਤ ਮੇਰੇ ਨਾਮ ਕਰ ਦੇ। ਕਦੀ ਮਸਜਿਦ ਦੀਆਂ ਟੂਟੀਆਂ ਸਾਫ਼ ਕਰਿਆ ਕਰ, ਕਦੀ ਮਸਜਿਦ ਦੀਆਂ ਸਫ਼ਾ ਸਾਫ਼ ਕਰਿਆ ਕਰ, ਕਦੀ ਮਸਜਿਦ ਦੀਆਂ ਛੱਤਾਂ ਸਾਫ਼ ਕਰਿਆ ਕਰ, ਕਦੀ ਮਸਜਿਦ ਦੇ ਪੱਖੇ ਸਾਫ਼ ਕਰਿਆ ਕਰ। ਤੈਨੂੰ ਪਤਾ ਹੀ ਨਹੀਂ ਮਸਜਿਦ ਦੀ ਸਫਾਈ ਦਾ ਮੁਕਾਮ ਕੀ ਹੈ। ਖੈਨਾ ਦੇ ਸਰਦਾਰ ਨਬੀ ਫਰਮਾਉਂਦੇ ਨੇ, ਕਾਲੇ ਜੇ ਰੰਗ ਦੀ ਬੀਬੀ ਨਜ਼ਰ ਨਹੀਂ ਆਉਂਦੀ, ਸੁਣ ਲਾ ਨਹੀਂ ਮੇਰੀ ਇਹ ਭੈਣੀ। ਜਦੋਂ ਕੋਈ ਬੰਦਾ ਮਸਜਿਦ 'ਚ ਨਾ ਆਵੇ, ਤੂੰ ਵੀ ਕਾਰੀ ਸਾਹਿਬ ਨੂੰ ਕਹਿ ਦਿਆ ਕਰ, ਕਾਰੀ ਸਾਹਿਬ ਮੈਂ ਮਸਜਿਦ 'ਚ ਆ ਕੇ ਸਫਾਈ ਕਰਨਾ ਚਾਹੁੰਦੀ ਹੈ। ਕਾਰੀ ਸਾਹਿਬ ਦੀ ਬੇਗਮ ਦਰਵਾਜ਼ਾ ਖੋਲ ਦੇਵੇ, ਤੂੰ ਮਸਜਿਦ ਦੇ ਉੱਪਰ ਵਾਲੇ ਹਾਲ ਦੀ ਸਫਾਈ ਕਰ ਦਿਆ ਕਰ। ਆ ਵੇਖ ਲਾ ਮੇਰੇ ਨਬੀ ਫਰਮਾਉਂਦੇ ਨੇ, ਉਹ ਕਾਲੇ ਜਿਹੇ ਰੰਗ ਦੀ ਬੀਬੀ ਨਜ਼ਰ ਨਹੀਂ ਆਉਂਦੀ। ਕਹਿੰਦੇ ਸੋਹਣਿਆ ਰਾਤ ਹੀ ਬਹੁਤ ਹੋ ਗਈ, ਇਹ ਲੈਟ ਬੰਦ ਕਰ, ਰਾਤ ਹੀ ਬਹੁਤ ਹੋ ਗਈ, ਰਾਤ ਹੀ ਅਸੀਂ ਜਨਾਜ਼ਾ ਪੜਾਇਆ ਤੇ ਦਫ਼ਨ ਕਰ ਦਿੱਤੀ। ਸੋਚਿਆ ਨਬੀ ਪਾਕ ਨੂੰ ਕੀ ਬੇਦਾਰ ਕਰਨਾ ਹੈ। ਮੇਰੇ ਨਬੀ ਇਹ ਨਹੀਂ ਕਿਹਾ ਕਿ ਚਲੋ ਕੋਈ ਗੱਲ ਨਹੀਂ, ਆਪ ਫਰਮਾਉਂਦੇ ਨੇ ਅਦੁੱਲੂਨੀ ਅਲਾ ਕਬਰਿਹਾ, ਚਲੋ ਮੈਨੂੰ ਉਹਦੀ ਕਬਰ ਤੇ ਲੈ ਕੇ ਚੱਲੋ ਜਿਹੜੀ ਅੱਲਾ ਦਾ ਘਰ ਸਾਫ਼ ਕਰੇ, ਮੈਂ ਮੁਹੰਮਦ ਉਹਦੀ ਕਬਰ ਤੇ ਜਾ ਕੇ ਦੁਆ ਹੀ ਮੰਗਾਵਾਂ। ਕਿਸੇ ਦੀ ਕਬਰ ਤੇ ਲਾਮਾ ਜ਼ਹੀਰ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਤੇ ਸ਼ੇਖੁਲ ਹਦੀਸ ਵਾ ਤਫਸੀਰ, ਮੌਲਾਨਾ ਅਬਦੁਲ ਮਨਾਨ ਨੂਰਪੁਰੀ ਅਹਮਦੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮਨਾਜ਼ਰੇ ਇਸਲਾਮ ਨਾਬਜੀ ਸਵਕੀਆਂ ਦੇ ਉੱਤੇ ਮਲੀਏ ਕਾਮਲ ਮੌਲਾਨਾ ਅਬਦੁਲ ਗਫੂਰ ਅਸਰੀ ਅਹਮਦੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਯਜ਼ਦਾਨੀ ਸ਼ਹੀਦ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਹਾਫਿਆ ਹਾਫਜ਼ਾਬਾਦੀ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਖਾਪਈਆ ਯਾਜ਼ੀਦ ਮੀਰ ਮੁਹੰਮਦੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਸੈਯਦ ਸ਼ਾਹ ਅਬਦੁਲ ਗਣੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੌਲਾਨਾ ਫਾਰੂਕ ਅਸਗਰ ਸਾਰਮ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੌਲਾਨਾ ਮੁਹੰਮਦ ਰਫੀਕ ਆਫਰਾ ਵਾਲੀ ਵਾਲਿਆਂ ਨੇ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਬਾਬਾ ਜੀ ਸ਼ਮਸ਼ਾਮ ਨੇ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੌਲਾਨਾ ਇਬਰਾਹਿਮ ਖਾਦਮ ਨੇ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੌਲਾਨਾ ਮੁਹੰਮਦ ਰਫੀਕ ਮਦਨਪੁਰੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਹੀਰੇ ਜੈਸੇ ਖਤੀਬ ਮੌਲਾਨਾ ਸ਼ਰੀਫ ਇਲਾਹਾਬਾਦੀ ਨੇ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੇਰੇ ਵੀਰਾ ਪ੍ਰੋਫੈਸਰ ਅਬਦੁੱਲਾ ਬਹਾਵਲਪੁਰੀ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਸ਼ੇਖੁਲ ਹਦੀਸ ਵਾ ਤਫਸੀਰ ਮੌਲਾਨਾ ਆਜ਼ਮ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੇਰੇ ਵੀਰਾ ਪ੍ਰੋਫੈਸਰ ਤਾਰਮਾਨ ਸਾਕਬ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਸਿੰਧ ਦੀ ਧਰਤੀ ਦੇ ਅੰਦਰ ਸ਼ਾਹ ਬਦੀਓ ਦੀ ਰਾਜ ਦੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਲਾਹੌਰ ਦੇ ਚੌਕਦਾਰ ਗਿਰਾ ਦੇ ਅੰਦਰ ਹਾਫਜ਼ ਅਬਦੁਲ ਕਾਦਰ ਰੋਪੜੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਸੈਯਦ ਦਾਊਦ ਗਦਨਵੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਦੁਨੀਆ ਦੇ ਅੰਦਰ ਮੇਰੇ ਵੀਰਾ ਲਾਮਾ ਜ਼ਹੀਰ ਰਹਿਮਾਨੁੱਲਾ ਦੇ ਵਾਲਦ ਸਾਹਿਬ ਨੇ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੀਰ ਇਬਰਾਹਿਮ ਸਿਆਲਕੋਟੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਸਾਬਈਆ ਇਸਮਤ ਦੀ ਸ਼ਰਕਪੁਰੀ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੌਲਾਨਾ ਸਾਦਕ ਸਿਆਲਕੋਟੀ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਲਾਮਾ ਮੁਹੰਮਦ ਮਦਨੀ ਜੇਲਵੀ ਰਹਿਮਾਨੁੱਲਾ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੌਲਾਨਾ ਇਸਮਾਇਲ ਜ਼ਬੀਰ ਰਹਿਮਾਨੁੱਲਾ ਨੇ ਪਿੰਡੀ ਵਾਲਿਆਂ ਦੁਆ ਮੰਗੀ ਹੋਏਗੀ, ਕਿਸੇ ਦੀ ਕਬਰ ਦੇ ਉੱਤੇ ਮੌਲਾਨਾ
سعید الفت نے دعا منگی ہوئے گی کسی کی قبر دے تے مولانا عبدل سماد انو والے دعا منگی ہوئے گی کسی کی قبر دے تے ولی کامل صوفی محمد عبداللہ رحمہ اللہ مامو کانجن والے نے دعا منگی ہوئے گی کسی کی قبر دے تے مولانا عبداللہ گرداس پوری نے دعا منگی ہوئے گی کسی کی قبر دے تے لامہ عبدالوکیل صدیقی جنوں بھی پنجاب والے دعا منگی ہوئے گی کسی کی قبر دے تے شیخ الحدیث و تصیر فنے دوستان رجال اسماء الرجال دے امام شیخ الحدیث و تفسیر مناظر اسلام ایک انمول ہیرا محافظ زبیر علی زئی رحمہ اللہ نے دعا منگی ہوئے گی لوگ ذرا سن لا پیار نال کسی کی قبر تے حافظ سیف اللہ منصور نے دعا منگی ہوئے گی پر پیرا جی دی قبر تے ایڈے وڈے علماء دعا منگن شیخ القرآن مولانا محمد حسین شیخ پوری رحمہ اللہ دعا منگی ہوئے گی حافظ عبداللہ شیخ پوری رحمہ اللہ دعا منگی ہوئے گی حافظ عبدالرزاق سیدی رحمت اللہ علیہ فاروق آبادی نے دعا منگی ہوئے گی اور جدیاں قبران دے تے ایڈے ایڈے وڈے عالم دعا منگن لوکیاں دے یار بڑی گل ہے فلانے نے میرے باپ دی قبر تے دعا منگی پر اس مائی دی قبر دا کی عالم ہوئے گا اس مائی دی قبر دی شان کی ہوئے گی جدی قبر تے مدینے دا سلطان دعا منگن گیا ہوئے گا عرض کردن اینے علماء جنہ دیا قبران تے دعا مانگے میرے ویرا اے تے نبی دے ممبر دے نوکر نے جنہ دی وجہ تو سانو عزت ملیاں نے حضور دے نوکری کر دے پیا پر دس تے سہی اس مائی دا کی مقام ہوئے گا جدے تے میرے نبی کریم نے جا کے ہاتھ اٹھائے ہون گے دعا کریا کر اسی اینے جوگے تے نہیں پر جدو قیامت نو سامنا ہوئے کبھی سونے اسی تے تیرے درودیاں تما اللہم صلی علی محمد اسی نماز وی قائل اسی دعا وی قائل سونیا ہور تے کچھ نہیں ساڈے واسطے شفاعت والے ہاتھی اٹھا دیو میں تے کدی کدی سوچدا ہے اللہ سی کیڑا منہ لے کے حضور دے سامنے جاواں گے جدو دنیا والیاں دے مسئلے ہوندے اسی مدینے والے نو چھڑ دینے آں اسی اپنے رشتہ داراں نو رکھ لینے آں جدو کوئی مذہب دے نعرے دا مسئلہ آندا ہے اسی بڑے بڑے وڈے نعرے مارنے آں پر جدو نبی پاک دے عمل دی واری آوے اسی اے دنیا داری رکھ لینے مولوی جی مجبوری بڑے آں مولوی جی مجبوریاں مار دتیاں نے پر سن لا پیار نال میرے نبی نو کوئی مجبوری نہیں سی کالج رنگ دی بی بی اے پر ویرا بی بی دا کمال نہیں بی بی دی نوکری میرے محمد نو کھچ کے لے گئی سی نوکری اللہ دے کر دی کر دیے تینو بیماریاں لگ گئیاں دولتاں دیاں سب تو وڈی بیماری مسجد دیاں انتظامیاں دے اندر کروڑ پتی ارب پتی ہوندے نے آندے مولوی جی خادم رکھیا ہویا صفائی واسطے وہ خادم تے رکھ لینا ہے تینو دولت دیاں خماریاں چڑیاں نے تینو نشے دولتاں دے نے توانا اللہ دے کر دی صفائی خادم ہی کرے گا سی نہیں کرنی اور تینو پتہ ہی نہیں سردار عبدالمطلب نے قدماں چ ابرا کیوں بیٹھا سی میرے نبی دا دادا کعبے دا نوکر سی نوکریاں کریا کر اللہ دے کر دیاں کاری صاحب تو چھپ کے سباں صاف کریا کرو اسٹیج تے جنے بیٹھے نے مہمان نے گرامی قدر خصوصی انہاں دی طرف میری توجہ وے انہاں نوں چاہیدا وے چھپ چھپ کے مسجد دے میرے ویرا ٹوٹیاں صاف کریا کر چھپ کے مسجد دیاں صفا صاف کریا کر ویرا لوکاں نوں پتہ ہی نہ لگے اج باتھ روم کون صاف کر گیا وے اج دروازے کون صاف کر گیا ہے صاف اے دعا لینی کوئی سوکھی جی گل میں تے اس نیت نہ مسجد دی صفائی کرنا ہوں میں مسجد دے کٹے آپ صاف کرنا چالے اتار دا ہوں تاکہ نیت ہندی ہے نبی پاک نے ساری قبر تے آگے دعا تے نہیں کرنی پر قیامت نو ساڈے واسطے شفاعت کر دین گے ہن شیر پڑھیے تے مزہ آنا ہے صاف کراں گی میں تیرا دوارا جنت میرے سارے اللہ دا گھر صاف کرو گے ہاتھ کھڑے کرو سٹیج والے سمیت مل کے صفائی کرو کرو گے نا میں چھوٹی سفت نہیں سنائی ویکھو میں 15-20 منٹ 10 منٹ اسی گل تے لا دیتے
ਇਹ ਮਿਹਨਤ ਕਰਕੇ ਲਾਏ ਨੇ ਤਾਂ ਕਿ ਲੋਕਾਂ ਨੂੰ ਪਤਾ ਚੱਲੇ ਅੱਲਾ ਦੇ ਘਰ ਦੀ ਸਫਾਈ ਦਾ ਅਜਰ ਕੀ ਏ। ਸਾਫ਼ ਕਰਾਂਗਾ ਮੈਂ ਤੇਰਾ ਦਵਾਰਾ ਜੰਨਤ ਮੇਰੇ ਨਾਮ ਦੇ। ਹੁਣੇ ਮੈਂ ਕਹਿੰਦਾ ਡਿਫੈਂਸ ਵਿੱਚ ਕੋਈ ਪਲਾਟ ਨਾ ਕਰਦੇ, ਸਾਰਿਆਂ ਬੋਲਣਾ ਸੀ। ਸਾਫ਼ ਕਰਾਂਗਾ ਮੈਂ ਤੇਰਾ ਦਵਾਰਾ ਜੰਨਤ ਮੇਰੇ ਨਾਮ ਸਜਦੇ ਵੀ ਮੈਂ ਕਰਾਂਗਾ, ਰੱਖੂ ਵੀ ਮੈਂ ਕਰਾਂਗਾ, ਨਾਲੇ ਕਰਾਂਗਾ ਮੈਂ ਅਜ਼ਮਤ ਸਿਆਬਾ ਵਾਲੇ ਹੁਣ ਬੋਲਦੇ ਕਿਉਂ ਨਹੀਂ ਤੁਹਾਡੀ ਮਤਲਬ ਦਾ ਸ਼ੇਰ ਏ। ਨਾਲੇ ਤੇਰਾ ਕਾਬਲੇ ਗੌਰ ਜੁਮਲਾ ਵੇ ਅੰਤ ਕਰਦਾ, ਸਜਦੇ ਵੀ ਮੈਂ ਕਰਾਂਗਾ, ਰੱਖੂ ਵੀ ਮੈਂ ਕਰਾਂਗਾ, ਨਾਲੇ ਕਰਾਂਗਾ ਮੈਂ ਕਿਆਮ ਹਜ਼ਾਰਾਂ ਮੌਲਾ ਸਾਨੂੰ ਦੇ। ਸ਼ੈਤਾਨ ਦੀਆਂ ਗੱਲਾਂ ਮੌਲਾ ਕਦੀ ਵੀ ਨਹੀਂ ਮੰਨਾਂਗਾ, ਤੇਰੀਆਂ ਬਣਾਈਆਂ ਹੱਦਾਂ ਕਦੀ ਵੀ ਨਹੀਂ ਪੰਨਾਂਗਾ, ਤੇਰੀਆਂ ਹੀ ਗੱਲਾਂ ਮੌਲਾ ਹਰ ਵੇਲੇ ਮੰਨਾਂਗਾ, 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 ਸੁਬਹ ਸ਼ਾਮ ਮੰਨਾਂਗਾ, ਹਰ ਵੇਲੇ ਮੰਨਾਂਗਾ, ਦਿਨੇ ਰਾਤੀ ਮੰਨਾਂਗਾ, ਨਾਲੇ ਮੰਨਾਂਗਾ ਮੈਂ, ਨਾਲੇ ਮੰਨਾਂਗਾ ਮੈਂ, ਨਾਲੇ ਮੰਨਾਂਗਾ ਮੈਂ ਤੇਰੇ ਨਬੀ ਦਾ ਇਸ਼ਾਰਾ ਮੌਲਾ ਸਾਨੂੰ ਮਾਫ ਕਰ ਦੇ। ਨਾਲੇ ਮੰਨਾਂਗਾ ਮੈਂ ਤੇਰੇ ਨਬੀ ਦਾ ਸੀਰਤ ਦਾ ਮਤਲਬ ਹੀ ਇਹ ਆ। ਤੈਨੂੰ ਪਤਾ ਹੀ ਨਹੀਂ ਜਿਹਨਾਂ ਇਸ਼ਾਰਾ ਮੰਨਿਆ ਵੇ ਉਹਨਾਂ ਦੇ ਬਾਰੇ ਕਾਫਰਾਂ ਵੀ ਗਵਾਹੀਆਂ ਦਿੱਤੀਆਂ ਨੇ। ਹਵੇ ਉਰਵਾ ਸਕ ਵੀ ਕਰੈ ਸ਼ਾਨੂੰ ਜਾ ਕੇ, ਕਵੇ ਉਰਵਾ ਸਕ ਵੀ ਕਰੈ ਸ਼ਾਨੂੰ ਜਾ ਕੇ, ਮੈਂ ਸ਼ਾਹਾਂ ਦੇ ਸ਼ਾਹੀ ਦਰਬਾਰਾਂ ਨੂੰ ਡਿਠਾ, ਮੈਂ ਸ਼ਾਹਾਂ ਦੇ ਸ਼ਾਹੀ ਦਰਬਾਰਾਂ ਨੂੰ ਡਿਠਾ, ਜ਼ਮਾਨੇ 'ਚ ਐਸੀ ਮਿਸਾਲ ਹੀ ਨਹੀਂ ਮਿਲਦੀ। ਕਵੇ ਉਰਵਾ ਸਕ ਵੀ ਕਰੈ ਸ਼ਾਨੂੰ ਜਾ ਕੇ, ਕਵੇ ਉਰਵਾ ਸਕ ਵੀ ਕਰੈ ਸ਼ਾਨੂੰ ਜਾ ਕੇ, ਮੈਂ ਸ਼ਾਹਾਂ ਦੇ ਸ਼ਾਹੀ ਦਰਬਾਰਾਂ ਨੂੰ ਡਿਠਾ, ਜ਼ਮਾਨੇ 'ਚ ਐਸੀ ਮਿਸਾਲ ਹੀ ਨਹੀਂ ਮਿਲਦੀ, ਜ਼ਮਾਨੇ 'ਚ ਐਸੀ ਮਿਸਾਲ ਹੀ ਨਹੀਂ ਮਿਲਦੀ, ਜਿਵੇਂ ਮੈਂ ਮੁਹੰਮਦ ਦੇ ਯਾਰਾਂ ਨੂੰ ਡਿਠਾ, ਜਿਵੇਂ ਮੈਂ ਮੁਹੰਮਦ ਦੇ ਯਾਰਾਂ ਨੂੰ ਡਿਠਾ, ਫਿਰਨ ਕਤਰੇ ਵੁਜ਼ੂ ਦੇ ਭੱਜ ਭੱਜ ਕੇ ਪਕੜਣ, ਮੈਂ ਮਲਦੇ ਉਹਨਾਂ ਰੁਖ ਸਾਰਾ ਨੂੰ ਡਿਠਾ। ਨਾਰਾ ਤਕਬੀਰ ਅੱਲਾਹੁ ਅਕਬਰ ਮਦਨੀ ਸਾਹਿਬ ਜ਼ਿੰਦਾਬਾਦ। ਫਿਰ ਮੈਂ ਕਿਉਂ ਨਾ ਸ਼ੇਰ ਪੜਾਉ, ਮਿਲ ਕੇ ਪਿਆਰ ਨਾ ਗੂੰਜ ਪੈ ਜੇ, ਨਾਲੇ ਮੰਨਾਂਗਾ ਮੈਂ ਤੇਰੇ ਨਬੀ ਦਾ ਇਸ਼ਾਰਾ। ਸਿਆਬਾ ਬਣੇ ਕਿਵੇਂ ਸੀ? ਉਹ ਇਸ਼ਾਰਾ ਮੰਨਦੇ ਸੀ। ਕੀ ਕਹਿੰਦੇ ਸੀ? ਇਸ਼ਾਰਾ ਮੰਨਦੇ ਸੀ। ਇਸ਼ਾਰਾ ਕਿੰਨਾ ਮੰਨਿਆ ਸੀ? ਆਂਦੇ ਨੇ ਜੰਗ ਤਬੂਕ ਤਿਆਰੀ ਕੀਤੀ ਹਜ਼ਰਤ ਰਸੂਲ ਇਲਾਹੀ, ਮਾਈ ਦਾ ਹੀ ਕੋਈ ਬੱਚਾ ਉਹ ਵਿੱਚ ਦਰਬਾਰ ਲਿਆ, ਇਹੋ ਮਾਲਕ ਦਾ ਨਾ ਮੇਰਾ ਅੱਲਾ ਟੋਰ ਲਿਆ ਦੀ, ਨਬੀ ਗਿਆ ਰੱਖ ਖਿਦਮਤ ਅੰਦਰ ਨਾ ਕਰੇ ਦਲੇਰੀ, ਮਾਈ ਗਿਆ ਬਸ ਕਾਫੀਏ ਮੈਨੂੰ ਹੁਕਮ ਮੁਹੰਮਦ ਤੇਰੀ, ਮਾਈ ਗਿਆ ਬਸ ਕਾਫੀਏ ਮੈਨੂੰ ਹੁਕਮ ਮੁਹੰਮਦ ਤੇਰੀ, ਕੀ ਬੱਚਾ ਤੇ ਮਾਈ ਨੇ ਨਬੀ ਦੇ ਇਸ਼ਾਰੇ ਤੇ ਪੇਸ਼ ਕਰ ਦਿੱਤਾ। ਮੇਰੇ ਵੀਰਾ ਦੇਖ ਲੈ, ਇੱਕ ਇਸ਼ਾਰੇ ਤੇ ਬੱਚਾ ਲੈ ਕੇ ਆਈ ਤੇ ਆ ਵੀ ਤੇ ਮਾਈਏ ਖਬਰ ਸ਼ਹਾਦਤ ਪਾਕ। ਮੇਰੀ ਆਦਤ, ਮੈਂ ਜਿਹੜਾ ਸ਼ੇਰ ਪੜਾਂ ਉਹਦੀ ਤਸ਼ਰੀਹ ਜ਼ਰੂਰ ਕਰਦਾ ਤਾਂ ਕਿ ਲੋਕਾਂ ਨੂੰ ਪੰਜਾਬੀ ਸਮਝ ਆ ਜਾਏ ਕਿ ਮੌਲਵੀ ਬੇਮਕਸਦ ਸ਼ੇਰ ਨਹੀਂ ਪੜਿਆ। ਮੈਂ ਚਾਹੁੰਦਾ ਤੇਰੇ ਖਾਤੇ 'ਚ ਗੱਲ ਵੜ ਜੇ। ਖਬਰ ਸ਼ਹਾਦਤ ਪਾਕ ਨਬੀ ਦੀ ਜਿਸ ਦਮ ਸੁਣਿਆ ਮਾ,
लक बन पटका पकड़ डंगोरी, लक बन पटका पकड़ डंगोरी, बदला लैन नबी दा आई। रस्ते दे विच खम्मा सोनी जो लाशी नजरे आया, किड्डी भक्तां वाली माई जिदे बच्चियां शहादत पाईयां। किसे कहा अम्मा बचड़े ने तेरे, किसे कहा अम्मा बचड़े ने तेरे, जिन्हां शहादत पाई। माई क्या अल्हम्दुलिल्लाह अल्लाह फजल कमाए, मौला ने दिते ते मैं सी पाले, आज कम नबी दे आए। तवज्जो मेरी वाल, जरा जुमला बड़ा कीमती है। मैं ये शेर पढ़ने वास्ते तानू ये वाकया सुनाते शेरा चे, ते की हुण तुसी पढ़ना है। नाले मन्नांगा मैं तेरे नबी दा इशारा, मौला सानू माफ कर दे, साफ करांगा मैं तेरा दवारा, जन्नत मेरे हे। मक्के भी मैं जावांगा, मदीने भी मैं जावांगा, मक्के भी मैं जावांगा, मदीने मिलके, मक्के भी मैं जावांगा, ताड़े कोल ते दो ही शेर ने, तुसी ओदे वारी भी नहीं बोलते, पता नहीं की हो गया तानू। मक्के भी मैं जावांगा, पालो पालो जबान दा बीमा नहीं कराया, किसे पिछले काम नहीं आना, मर जाना मना मुंह मिट्टे कबर ते पा के अगले आखना हो गया, किसे तेरे नाल नहीं जाना, कबर चला रसूल दा प्यार का मना चलिया, किन्ना ली बोलना जिन्ना तेरे वास्ते नहीं बोलना, मेरे नबी वास्ते बोलिया कर मेरा नबी, तेरे वास्ते उदों बोलेगा जदों क़यामत नूं तेरे वास्ते कोई नहीं बोलेगा। मिल के पढ़िए जरा, मक्के भी मैं जावांगा, सुन वाले तू ही पढ़ना नहीं, तो कराया एक नहीं मिलना, ये पक्की गल ही, मैं लैन कोई नहीं देना, हूँ पढ़ना ही मिल के प्यार नाल। मक्के भी मैं जावांगा, तुसी उधर ना वेखो गल मेरी, उधर ना तुसी इधर वेखो, मक्के भी मैं जावांगा, हाँ करके सफा मरवा मौला तेनू मैं मनावांगा, करके सफा मरवा मौला तेनू मैं मनावांगा, नाले चूमांगा मैं, नाले चूमांगा मैं हजरे अस्वद सारा, मौला सानू माफ कर दे, साफ करांगा मैं तेरा दवारा, जन्नत मेरे दे, काबे विच जाके मैं जम जम पीवांगा, काबे विच जाके मैं जम जम पीवांगा, जेड़ा ना पड़े पैप्सी पी के मरे और मैं उन्हें की कहना भी जम जम पीवे, हुण पढ़ो मिल के, काबे विच जाके मैं जम जम पीवांगा, लै भी मां दे दुध वाला जोर ते हाथ खड़े करके कहना है, काबे विच जाके मैं जम जम पीवांगा, करा दे मैनू भी तो, करा दे मैनू भी तो मदीने दा नजारा, मौला सानू अर्ज करना चाह रहा, मेरी मां मैं आदि मुकाम हसनैन दे ना जाना प्यार करवा लियो, मेरे मदनी ताजदार दा मुहब्बत दा इजहार करवा लियो, मुसलमान नूं अर्ज करना चाह रहा मैं, एक डेढ़ महीने बाद मैनू मेरे मतलब दा साउंड मिले आवे, ते मौजू भी आई तेनू बड़ा प्यारा सुना के जाना चाह रहा मैं। या अय्युहल्लज़ीना आमनू तक़ुल्लाह حق تو کاتے ہی ولا تموتن الا وانتم مسلمون، اللہ
کریم دا قرآن کہہ رہا وے میرے کملی والے محبوب نے جدو بھی نکاح دے موقع تے آتا تلاوت کیتیاں نے میرے نبی نے جدو بھی نکاح دے خطبے دے اندر آتا تلاوت کیتیاں نے میرے کملی والے محبوب نے فرمایا لوگو نہ جی اللہ دے کولوں ڈر دے رہا جے دولا تے دولن سامنے آؤ میرے کملی والے محبوب نے جدو بھی نکاح دا خطبہ دتا وے فرمایا دنیا دے تے یا ایھا الذین آمنوا اتقوا اللہ حق تقاتہ ولا تموتن الا وانتم مسلمون اے ایمان والے اللہ تو ڈرو جویں ڈرن دا حق حاصل ہے یا ایھا الذین آمنوا اتقوا اللہ وقولوا قولا سدیدا فرمایا اے ایمان والے اللہ تو ڈرو تے سچیاں تے سیدھیاں گلاں کرو مگر میاں بیوی دے نکاح دے موقع تے کیوں پڑیاں گئیاں نے میری مامے عالی مقام حسنین دے نال نہ جان دا مطلب اے سی کہ میاں بیوی دا رشتہ بڑا اہم ہوندا اے جے سمجھ لئیے تے پتھر نالوں زیادہ پکاوے تے تند نالوں زیادہ کچا وے جے نہ سمجھیے تند نالوں زیادہ کچا وے تاکے نال زیادہ کچا وے تے جے سمجھ لئیے تے پتھر نالوں زیادہ پکاوے ویرا سن لا پیار نال اللہ دے نبی اے سمجھانا چاہ رہے نے کہ میاں اپنی بیوی دے حق حقوق ادا کرن اندر اللہ تو ڈردا رہے تے بیوی اپنے خاوند دے حق حقوق ادا کرن اندر اللہ تو ڈردے رہن میاں بیوی اللہ تو ڈر کے زندگی بسر کرن اپنی میاں بیوی حق حقوق دے معاملے دے اندر اللہ تو ڈر کے زندگی بسر کرن آ سن لا نہیں میری اے پینے تمہیں سن لاؤ اج میں میاں بیوی دیاں نہ جی گلاں ہی کرنیاں نے تاں کہ لوکاں دے کار واسطے رہن تینوں پتہ میریاں تقریراں اصلاحی ہوندیاں نے میریاں تقریراں گھریلو ہوندیاں نے کسے دی بہن سنا دی اپنی زندگی سوار لے کسے دی ماں زندگی سدار لے کیونکہ میں مشن لے کے نکلے آیا میں یا ایھا الذین آمنوا قوا انفسکم و اہلکم نارا اے ایمان والو بچاؤ اپنے آپ نو اور اپنے اہل و عیال نو جہنم دی دہکتی ہوئی اگ دے کولوں خوفناک اگ دے کولوں کیڑی اگ اللہ دے نبی فرماندے نے جہنم نو ستا زمیناں دے انہاں دی تھلے اوپر لے آندا جائے گا ہجے 100 سال دے پینڈے تے ہوئے دی جہنم دے سے کونے شروع ہو جان گے ہجے 100 سال دے پینڈے تے ہوئے گی تینوں کدی دوزخ دی فکر چ کدی آنسو نہیں آئے کدی تینوں اس دوزخ دے بچن دے فکر تاں کدی کلا بہ کے مسلہ ڈھالیا کر کدی ویرا دنیا دے تے اک نوں کر چ بہ کے پتر مر جے تے تاں رونا وے تھی مر جے تے تاں رونا وے خکان لٹی جائے تے تاں رونا اے کدی نوکر چ بہ کے اپنی قبر نوں یاد کر کے رو لیا کر کدی اپنی موت نوں یاد کر کے رو لیا کر کدی اپنی آخرت نو یاد کر کے رو لیا کر کدی اپنی ویرا دنیا دیتے دوزخ تو پناہ منگیا کر اللہم اجرنی من النار اللہم اجرنا من النار کدی یہ دعا منگیا کر اللہ مینو دوزخ تو خلاصیاں دے دے میں کیڑی خوفناک جگہ دا تذکرہ کر بیٹھا ہے اللہ دے نبی فرماندے نے جد الانبیاء خلیل اللہ علیہ السلام جہنم خوفناک چیخ مارے گی جد الانبیاء ابراہیم نبی گھوڑیاں دے بل زمین تے گر پین گے او جدی چیخ نی خوفناک ہوئے گی او دی اگ دا کی عالم ہوئے گا ہنہ بدشا ربی کل شدید اللہ پا آیا سا لال و حاجنے نو تیرے کولے آندے کانو لا بیٹھا تینو حکم کستوری خریدنے دا تیرے ہنگ جوین دے لا بیٹھا اس شاعت آئی کی جواب دے سی جدی رقم نو ریت ملا بیٹھا میرے ویرا فکر کریا کر اللہ دے نبی فرما دے لیں یا ایو اللہ زینہ آمن تک اللہ خلہ تو ڈرنا چاہی دے جویوں دے تو ڈرنے دا حق حاصل ہے جدے دل چلا دا ڈر ہوئے اپنیاں بیویاں دے حق نہیں ماردا اپنی بیوی دے حق مہر نہیں ماردا اپنیاں بیویاں دیاں عزتاں دے حق دے داغ نہیں لاندا اپنیاں بیویاں دے حق پرائیاں عورتاں نوں نہیں دیندا اپنیاں بیویاں دے حق پرائیاں نوں نہیں دیندا جڑا اللہ تو ڈرن والا ہوئے اپنی بیوی دے منہ تے تھپڑ نہیں ماردا جڑا اللہ تو ڈرن والا ہوئے میرے ویراں کسے دیاں بیٹیاں تے ظلم نہیں کردا جڑا اللہ تو ڈرن والا ہوئے میرے ویرا کسے نو اکو دن چ طلاقاں دے کے فارغ نہیں کردا جڑا اللہ تو ڈرن والا ہوئے او اپنی بیوی دے نال جھوٹ نہیں بولدا جڑا اللہ تو ڈرن والا ہوئے اپنی بیوی نال سچیاں تے سیدھیاں گلاں کردا ہوئے جڑی اللہ تو ڈرن والی ہوئے اپنے خاوند دے حکم تو بغیر اک قدم وی باہر نہیں رکھدی اپنے خاوند دے مشورے تو بغیر کسے دے نال گل نہیں کردی اپنے خاوند دیاں دولتاں سامکے رکھدی اے اپنے خاوند دی اولاد دیاں تربیتاں دین دے مطابق کردی اے
اج مسئلے میاں بیوی دے کرنے چاہ رہے ہیں یا ایو اللذین آمنوا تقوا اللہ حق تقاتہ ولا تموتن الا وانتم مسلمون یا ایو اللذین آمنوا تقوا اللہ وقولوا قولا سدیدا اللہ تو ڈریا کرو سچیاں تے سدھیاں گلاں کریا کر میرا جے باہر دوستاں چ بیٹھا ہوئے اپنی بیگم نو نہ کیا کر میں کوئی جنازہ پڑھن گیا سا میں فلانی جگہ تے گیا سا پھٹیاں تے بہنا میرے ویراں بندیاں دا کام نہیں اللہ دے نبی فرماندے نے جدوں میرے نبی کو فارغ وقت ہوندا میرے نبی اپنے حجریاں چ چلے جاندے سی ہتوں اپنی بیویاں دے ٹائم اپنے دوستاں چ گزارا نویں اپنی بیویاں دیاں ویرا ٹائم آخر دوستاں انہیں بھی تے گھر چ تیرا صبح تو لا کے شام تک انتظار کیتا ہے تینوں پتہ ہی نہیں گل انہیں بیوی چنا دی تیری دنیا دے تے کیڑی عورت دا ناں ہے اللہ کرنا چاہ رہا میں میرے ویرا بابل دے کر دیاں گڈیاں چڑھنیاں بڑیاں اوکھیاں ہوندیاں نے بابل دے کر دے پٹولے چڑھنے بڑے اوکھے ہوندے نے بابل دے کر دے پیار چھڑنے بڑے اوکھے ہوندے نے تینوں پتہ ہی نہیں 20 سال دیاں محبتاں چھڑنیاں بڑیاں اوکھیاں ہوندیاں نے ایتھے بندہ 5 سال کتے دکان کرائے تے لے لے تے مارکیٹ چ پیار پہ جاندے نے تے چھڈن لگیا سوا جاندے نے تے اپنی بیوی وال ویکھیا کر انہیں ماپے چھڈے تے تیرے واسطے انہیں بابل دے کر دیاں گڈیاں چھڑیاں تے تیرے واسطے انہیں بابل دا پیار چھڈیا تے تیرے واسطے تے بیا توں کی کردا پھرنا میں گھر بیوی بیٹھی ہے تو 3000 دا ڈرامہ کنجری دا ویکھن چلے جانا میں کار تیری ہیرے ورگی بیوی ہے تو اینا کنجریاں دے بوتھے ویکھن تے 1000 روپے روڑ کے آ جانا ہے تینوں پتہ ہی نہیں تو کنجری دا بوتھا ویکھن جاویں او تیرے وال ویکھے نہ ویکھے اے کرم والی صبح تلا کے شام تک تیرے دروازے دیاں دلیزاں ہی ویکھدی رہندی ہے کہ ادھروں میرے سر دے تاج نے آنا ہے ادھروں میرے سر دے تاج نے آنا ہے تینوں پتہ ہی نہیں انہاں بیویاں دے کنے تو حق ماردا پیاویں حج مدنی دیاں درد بھریاں گلاں اپنے دل دے اندر اتار کے لے جاویں اللہ تو ڈر کے زندگی بسر کر اللہ تو ڈر جا اللہ دے نبی فرماندے نے جڑا اپنی بیویاں دے حق ماردا قیامت نوں انہاں دے پاسے ہی مارے ہون گے قیامت نو انہاں دا پاسا ماریا ہے گا اللہ دے نبی فرماندے نے عزیز والے من فرمایا جڑا بندہ ظلم کردا ہے کسے دا حق ماردا ہے وہ ظالم ہے نبی کریم نے فرمایا ظالم دی قبر دے اندر ایک کٹ 100 سپ مسلط کر دیتا جائے گا اللہ معاف کرے ایتھے کسے نو کہہ دیے تیرے بسترے چ ڈیمو اڑیا ہے پونڈ لڑیا ہے بندہ ہلا پونڈ لڑیا مردا تے نہیں تھوڑی سوچ پیندی تھوڑی جی درد ہوندی ہے پر لوکی بسترا چاڑ دے نے حالانکہ میرے ویرا پونڈ لڑیا بندہ مردا تے نہیں پر لوکی بسترا چار دینے میں پوچھنا چاہ رہے ہیں جے قبر چے 100 سپ آ گیا تے معاملہ کی بنے گا ایتھے مرے سپ دی ڈہ سے بندے وٹ چھڑ جاندے نے گلی چھڑ جاندے نے 112 ریکسیو والے نو بلا لیندے جی ساڈے گھر سپ آ گیا وے میں پوچھنا چاہ رہا ہوں ایتھے جھوٹا بندہ کہہ دے یار تیرے بسترے چ سپ وڑیا ہے تے لوکی بسترا چاڑن گے کمرے چ وڑن گے نہیں آکھن گے یار پویں جھوٹا پر سپ ہو سکدا وے تے میں پوچھنا چاہنا ہے قبر دے وچ ظالم دے کوستا سپ آنے نے اے کسے عام نے نہیں کہیا اے تے اس نبی نے کہیا وے جدا بولنا عرش والے دا بولنا وے قبر مروڑے جیویں کولو مروڑدا گنے دیاں ہڈیاں جیویں ویلنا تروڑدا سب کچھ پن دے وے کچھ بھی نہ چھوڑدا جے نہ بچاوے اللہ سائیں تینوں تے ڈاری کوئی نہیں ویرا توانا اے جگ میٹھا تے اگلا کنے ڈٹھا میں جویں مرضی کسے نال زیادتیاں کر لاں مینوں کنے پوچھنا وے جنوں پتا وے مینوں کوئی پوچھن والا ہے کسے دیاں تیاں دل زیادتی نہیں کرتا جنوں پتا وے کہ میں اپنے رب نو پتر تیان میرے وال پلیس ادھر ویخ ادھر عرض کرنا چاہ رہا میری ماں منبی آؤ حسین دے نانا جانا پیار کروا لو میرے مدنی تاجدار دا کلمہ پڑھوا لیا چلو بھی ایمان نہ دس جنوں پتا وے کہ میں کسے نو جواب دینا ہے بولو ہیرا پھیری لاؤندا وہ ہیرا پیری نہیں لانا تینوں ڈر ہی نہیں اللہ کریم دا کہ میں پری محفل چ اقرار کیتا دی میں اپنی بیوی دے حق ادا کراں گا جدوں مولوی نے کہا سی تینوں قبول ہے میں پری محفل چ کہا سی مینوں قبول ہے اللہ پاک فرماندے نے تو اپنی زبان تے پورا نہیں اتریا لوکی زبان دیاں بولیاں تے تے زبان کٹا دیندے نے اپنی گل پوری کر کے وکھاوندے نے تو اینیا بندیاں دے اندر اپنی بیوی دے آو ناب جی حق حقوق ذمے لے آو مگر عزیزاں نے من گواہاں دی موجودگی دے اندر آندے نے 2 گواہ ان تے بندہ پھائے لگ جاندا ہے
दो गवाह होने बंदा ते बीवी दे मामले च ते चार गवाह ने किन्ने दो बच्ची वालों ते दो इहदा मतलब है दो गवाह दुनिया वाले जज कोल आ जाण ते बंदा फाए लगदा है ते जे चार गवाह अरश वाले अदालत वाले रब कोल चले जाण फिर उत्थे की मामला बने कदी सोचिया अज गल्लां लम्मा फिकरियां ऐ इहनूं पल्ले बना के लै जाऊं मैं ते काम दियां गल्लां दसणा ऐ आंदे गल वेले दी हुंदी फल मौसम दा हुंदा वे आंदे वल तुम्मे दी कौड़ी हुंदी असर हुंदा विच बियां जिहड़ा कम मावां करदियां ओह करदियां तियां मां प्रति पिता पर कोड़ा बहुता नहीं ते थोड़ा थोड़ा जरूर हुंदा वे इस गल नूं पल्ले बन लाओ मेरे वीरा आले तहार नूं मनवा लिया आ मेरे नबी नाल प्यार करवा लिओ मेरे नबी ने भी दस्या वे मेरे नबी ने नहीं कहा खैरुकुम ले आहली मेरे नबी ने नहीं कहा जेड़ा तर्ज नमाज पढ़ता बेहतरीन है प्लीज मेरे अल तर्जो मौलाना इधर खुदा दा ना ध्यान मेरे वाल मौलवियों रब का डर नहीं आता यह मैं पता है बिल्कुल फिटे हुए ने अल्लाह हदायत नसीब फरमाए अर्ज करना चाह रहे हैं जरा गल ध्यान ना सुन लो मेरे मदनी ताजदार हलीमा दे राजदार ना प्यार करवा लिया अज अल्लाह दियां गल्लां ध्यान ना सुनेगा कयामत नूं रब तेरियां ध्यान ना सुनेगा इत्थे किसे जस्टिस एस एच ओ की अदालत च बंदा बैठा हुए ना तो बंदा कोई बुलावे तो सखी शहनशाह की अदालत च आके जिहड़ा मर्जी एक दूजे नूं बुलाउंदा बोली आउंदा तेनों पता ही नहीं गल्लां किदियां हो रही ने आते ने इतने अफसर को जाते ने मीटिंग होंगी ना ताजरां दी ते अफसर जिड्डा वड्डा होगा ओडी वड्डी मीटिंग करके जाएंगे कि यार गल किन्ने करनी है ध्यान ना करनी है ते एक ने करनी है भाई उत्थे दुनिया वाले अफसर की अदालत च जावे तो एक करता है तो इस अदालत च एक मौलवी करता है तो सारी बोली जान कोई औंजनू कौंजनू तो फिर रब की तोहीन है तेनों पता ही नहीं जिड्डा वड्डा अफसर होवे ओडी तवज्जो ना गल सुनी दी है तो उहदे तो वड्डा तो कायनात च है ही कोई नहीं हुण सुनोगे ना ध्यान नाल जे मेरी ना सुनो तो मेरा तोहीन कोई नहीं मेरी जे मैं अपनी होवे तो कोई ना सुने कोई गल नहीं पर जिड्डी वड्डी हस्ती का तस्करा कर रहा है ओडी वड्डी तवज्जो ना गल सुन सुनोगे ना इंशाअल्लाह हुण ते नहीं आसे पासे वेखोगे तेरिया गल्लां वीरा मैं दोस्ता ध्यान ना करना चाह रहा है अर्ज करदा मैं वीरा अज रब दियां गल्लां तो मुँह मोड़े ते जे कयामत नूं रब ने तेरिया तो मुख मोड़ लिया ते दस कयामत नूं किदे खुल जाएगा जे अल्लाह ने जो तेरे वल मुँह ना किया इस वास्ते अवीरान अमन मैं ते अपनी तकरीर च नारे भी मरवान दा कायल नहीं गाओ मैं चाहना तेरी मेरी लहो अल्लाह ना लगी रवे तेरे मेरे राब ते रब ना लगे रहन ये शोभदा बाजियां छड़ दे जलसे मसनू ना बना ये दोस्ता कानफ्रंसा मसनू ही ना बना ए दुनिया वाले नारे मसनू ही ना बना अपने अमल अल्लाह वाले बना लाओ ओदे नबी वाले बना लाओ क्योंकि वीरा गल सुन लाओ इन्हां नारियां ना गल नहीं बननी गल ते अमला ना बननी है गल ते अमल कीतियां बननी है अमला बाज ना बख्शिशां मियां अमला बाज ना रब रहमान मिलदा अमला बाज ना मर्तबे होन उच्चे अमला बाज ना मोमना शान मिलदा अमला बाज गल नहीं जे मेरे वीरा अमल ना गल बननी इस वास्ते तैयार ना गल सुनिया कर जदों जलसा सुन लावे ये ना समझिया कर मेरे मतलब दा मौलवी लगेगा फिर तवज्जो करांगा जेड़ा भी मौलवी लगा वे तू जदों अल्लाह दे घर च आ जाए तेरी नीयत ये होनी चाहिए अज मैं ओदियां गल्लां सुनना आवें कयामत नूं मेरियां सुन लवेगा ये तेरी नीयत होनी चाहिए ते बेड़ा पार हो जाएगा अल्लाह जिन्हें बैठने की यही नीयत हो खर्द करना चाह रहा भी आओ जरा इमाम लंबी आना प्यार करवा लो मेरे नबी ने यह नहीं कहा जरा नमाज पढ़ता बेहतरीन है जरा रोज़ा रखता बेहतरीन है जरा हज करता बेहतरीन है जरा ज़कात देता बेहतरीन है आप फरमाते ने खैरुकुम ने आहली ताडे चो बेहतरीन हो जरा अपने घर वालिया ना बेहतर है यदा मतलब है बंदा बार वाली बीबिया पाई जान आप जी कह के बुलावे भैं कह के बुलावे आ मुंडिया दुकाना बोलियां वेख्या करो आपी जी आटी जी
ਆ ਜਿਹੜੇ ਤਾਜ਼ਰ ਦੁਕਾਨਾਂ 'ਤੇ ਬੋਲਦੇ ਵੇਖਿਆ ਕਰੋ, ਅਤੇ ਜਦੋਂ ਘਰ ਬੋਲਦੇ ਨੇ ਜਦੋਂ ਗੁਜ਼ਰ ਰੋਟ ਪਕਾ, ਮੇਰੇ ਨਬੀ ਫਰਮਾਉਂਦੇ ਨੇ ਖੈਰੁਕੁਮ ਲੈ ਆਹਲੀ, ਤੁਹਾਡੇ 'ਚ ਬਿਹਤਰੀਨ ਹੋਵੇ ਜਿਹੜਾ ਆਪਣੇ ਘਰ ਵਾਲਿਆਂ ਨਾਲ ਅੱਛਾ ਸਲੂਕ ਕਰਦਾ ਹੈ। ਇਹਦਾ ਮਤਲਬ ਹੈ ਜਿਹਦੀਆਂ ਬੋਲੀਆਂ ਘਰ ਠੀਕ ਨਹੀਂ ਉਹ ਬੰਦਾ ਠੀਕ ਨਹੀਂ, ਉਹ ਬੋਲੋ ਤਾਂ ਸਹੀ ਉਹ ਬੰਦਾ। ਹੁਣ ਤੁਸੀਂ ਮੈਨੂੰ ਪਤਾ ਵਿੱਚ ਕਾਲਾ ਤੇ ਹੈਗਾ ਢਿੱਡ 'ਚ, ਤੇ ਤਦ ਨਹੀਂ ਕਹਿੰਦੇ ਪਏ ਮੈਂ ਕੁਰਾਨ ਪੜ੍ਹਨਾ ਆਪਣੇ ਨਬੀ ਦਾ ਪ੍ਰਮਾਣ ਪੜ੍ਹਨਾ ਹੈ। ਖੈਰੁਕੁਮ ਤੇ ਲਾਮਾ ਇਕਬਾਲ ਨੇ ਵੀ ਕਮਾਲ ਜੁਮਲਾ ਲਿਖਿਆ ਵੇ, ਕਹਿੰਦੇ ਨੇ ਕਰੋ ਮਿਹਰਬਾਨੀ ਤੂੰ ਮਹਲੇ ਜ਼ਮੀਂ ਪਰ, ਖੁਦਾ ਮਿਹਰਬਾਨਗਾ ਅਰਸ਼ੇ ਬਣੀ ਪਰ, ਹਰ ਜਜ਼ਾ ਉਲ ਇਹਸਾਨ ਇਲਲ ਇਹਸਾਨ, ਨੇਕੀ ਦਾ ਬਦਲਾ ਨੇਕੀ ਹੋਇਆ ਕਰਦਾ ਹੈ ਪਰ ਨੇਕੀ ਬੰਦਿਆਂ ਨਾਲ ਕਰੀਦਾ ਹੈ, ਤੇ ਬਦਲੇ ਦੀ ਉਮੀਦ ਅਰਸ਼ ਵਾਲੇ ਕੋਲੋਂ ਰੱਖੀ ਦੀ ਏ। ਨੇਕੀਆਂ ਕਰਕੇ ਲੋਕਾਂ ਕੋ ਉਮੀਦਾਂ ਨਹੀਂ ਰੱਖੀ ਦੀਆਂ। ਮੌਲਾ ਅਲੀ ਪਾਕ ਦਾ ਕੌਲ ਹੈ ਕਿ ਜਿਹੜਾ ਬੰਦਾ ਕਿਸੇ ਨਾਲ ਨੇਕੀ ਕਰੇ ਉਹਦੀ ਸ਼ਰ ਤੋਂ ਬਚੇ, ਇਹ ਨਾ ਸਮਝੇ ਮੈਂ ਇਹਦੇ ਨਾਲ ਨੇਕੀ ਕਰਨੀ ਹੈ ਅਤੇ ਇਹ ਮੇਰੇ ਨਾਲ ਨੇਕੀ ਕਰੇਗਾ। ਬਾਬੇ ਬੁੱਲੇ ਨੇ ਨਕਸ਼ਾ ਖਿੱਚਿਆ ਸਿਆਦ ਦਾ ਤਰਜਮਾ, ਕਹਿੰਦੇ ਚੱਲ ਬੁੱਲਿਆ ਹੁਣ ਉੱਥੇ ਚੱਲੀਏ ਜਿੱਥੇ ਹੋਵਣ ਸਾਰੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਨਾ ਕੋਈ ਸਾਨੂੰ ਮੰਨੇ। ਅਤੇ ਸਾਡੇ ਤਾਂ ਆਉਂਦੇ ਨੇ ਮੈਂ ਕੰਨ 'ਤੇ ਪੱਥਰ ਲਵਾ ਤਾ, ਮੇਰੀ ਫੱਟੀ ਲਾ ਦਿਓ, ਸਲੇਟ ਲਿਖ ਦਿਓ। ਅੱਲਾ ਪਾਕ ਦਾ ਕੁਰਾਨ ਕੀ ਕਹਿੰਦਾ ਪਿਆ ਆਜ਼ਰਾ ਦੇਖ, ਅਜ਼ੀਜ਼ਾਂ ਨੇ ਮਨ ਮਸਲੇ ਸਮਝਾਉਣ ਵਾਸਤੇ ਸ਼ਰੀਕ ਕਰਦਾ ਪਿਆ ਵੇ। ਆਪ ਫਰਮਾਉਂਦੇ ਨੇ ਬਿਹਤਰੀਨ ਹੋਵੇ ਜਿਹੜਾ ਆਪਣੇ ਘਰ ਵਾਲਿਆਂ ਨਾਲ ਚੰਗਾ ਸਲੂਕ ਕਰਦਾ ਵੇ। ਮੈਂ ਤੁਹਾਡੇ 'ਚ ਸਭ ਤੋਂ ਜ਼ਿਆਦਾ ਬਿਹਤਰੀਨ ਹੈ, ਮੈਂ ਆਪਣੇ ਘਰ ਵਾਲਿਆਂ ਨਾਲ ਚੰਗਾ ਸਲੂਕ ਕਰਨਾ ਹੈ। ਸਹੀ ਬੁਖਾਰੀ ਦੀ ਰਵਾਇਤ ਹੈ, ਮੇਰੇ ਨਬੀ ਫਰਮਾਉਂਦੇ ਨੇ ਹਾਲਾਂਕਿ ਮੇਰੇ ਨਬੀ ਨੇ ਦੁਨੀਆਂ ਨਾਲ ਪਿਆਰ ਨਹੀਂ ਕੀਤਾ ਪਰ ਆਪ ਫਰਮਾਉਂਦੇ ਨੇ ਉਹ ਬੇਬਾਈ ਲਈ ਆਓ ਮਿਲ ਦੁਨੀਆ ਕੋ ਟਿਕ ਜਾਓ ਕਿਤੇ ਇਸ ਤੁੰਗੜੇ ਖੁਦਾ ਦਾ ਨਾਂ ਜਿਆ ਦੇ, ਪਤਾ ਨਹੀਂ ਕਿਹੜੀ ਮਿੱਟੀ ਲੱਗੀ ਜੇ ਰੱਬ ਜੀ ਆਹੂ ਬੇਬਾਈ ਲਈ ਆਓ ਮਿਨ ਦੁਨੀਆ ਕੁਮ ਸਲਾਲ। ਮੇਰੇ ਨਬੀ ਫਰਮਾਉਂਦੇ ਨੇ ਮੈਨੂੰ ਦੁਨੀਆ ਦੀਆਂ ਤਿੰਨਾਂ ਚੀਜ਼ਾਂ ਨਾਲ ਪਿਆਰ ਹੈ। ਨਬੀ ਪਾਕ ਨੂੰ ਕਿਹੜਾ ਪਿਆਰ ਹੋ ਗਿਆ ਜਿਹੜਾ ਨਬੀ ਪਾਕ ਨੇ ਫਰਮਾਇਆ ਉਹ ਬੇਬਾਈ ਲਈ ਆਓ ਮਿਨ ਦੁਨੀਆ ਕੁਮ ਸਲਾਲ, ਮੈਨੂੰ ਦੁਨੀਆ ਦੀਆਂ ਤਿੰਨਾਂ ਚੀਜ਼ਾਂ ਨਾਲ ਪਿਆਰ ਹੈ। ਫਰਮਾਇਆ ਸਿਆਬਾ ਦੇ ਸੋਹਣਿਆ ਕਿਹੜੀਆਂ? ਆਪ ਫਰਮਾਉਂਦੇ ਨੇ ਅਤੀ ਬੂਆ ਨਸਾ ਵਕੁਰਾ ਤੂੰ ਆਈ ਨੀ ਫਿਰ ਸਲਾਦ, ਲੋਕੋ ਮੈਨੂੰ ਖੁਸ਼ਬੂ ਨਾਲ ਬੜਾ ਪਿਆਰ ਹੈ, ਅਤੇ ਮੈਨੂੰ ਫਰਮਾਇਆ ਆਪਣੀ ਨਮਾਜ਼ ਨਾਲ ਬੜਾ ਪਿਆਰ ਹੈ, ਅਤੇ ਤੀਜਾ ਮੈਨੂੰ ਆਪਣੀਆਂ ਬੀਵੀਆਂ ਨਾਲ ਬੜਾ ਪਿਆਰ ਹੈ। ਹਾਲਾਂਕਿ ਇੱਥੇ ਲਫ਼ਜ਼ ਔਰਤ ਅਤੀ ਬੁਵਨ ਨਿਸਾ ਵਾ ਕੁਰਾ ਤੋਂ ਆਈ ਨਹੀਂ ਪਿਸਲਾਦ, ਨਬੀ ਪਾਕ ਨੇ ਫਰਮਾਇਆ ਮੈਨੂੰ ਔਰਤਾਂ ਨਾਲ ਬੜਾ ਪਿਆਰ ਹੈ, ਪਰ ਇਹਦੀ ਮੁਹੱਦਸੀ ਨੇ ਤਸ਼ਰੀਹ ਕੀਤੀ ਹੈ ਕਿ ਨਬੀ ਪਾਕ ਨੂੰ ਆਪਣੀਆਂ ਬੀਵੀਆਂ ਨਾਲ ਬੜਾ ਪਿਆਰ ਹੈ। ਲੋਕੋ ਨਬੀ ਪਾਕ ਨੂੰ ਆਪਣੀਆਂ ਬੀਵੀਆਂ ਨਾਲ ਪਿਆਰ ਹੈ, ਤੈਨੂੰ ਲੋਕਾਂ ਦੀਆਂ ਨਾਲ ਪਿਆਰ, ਤੇਰੀ ਜ਼ਬਾਨ ਗੰਦੀ ਹੋ ਗਈ, ਤੁਹਾਨੂੰ ਔਲਾਦ ਆਪਣੀ ਚੰਗੀ ਲੱਗਦੀ ਹੈ ਬੁੜੀ ਅਗਲੇ ਦੀ ਚੰਗੀ ਲੱਗਦੀ ਹੈ, ਤੂੰ ਤੇ ਨਬੀ ਦੇ ਫਰਮਾਨ ਦੀ ਤੋਹੀਨ ਕਰਨਾ ਹੈ, ਤੈਨੂੰ ਸ਼ਰਮ ਨਹੀਂ ਆਉਂਦੀ? ਮੇਰੇ ਵੀਰਾਂ ਮੇਰੇ ਨਬੀ ਕਰੀਮ ਨੇ ਫਰਮਾਇਆ ਹੈ ਵੀ ਮੈਨੂੰ ਆਪਣੀਆਂ ਬੀਵੀਆਂ ਨਾਲ ਬੜਾ ਪਿਆਰ ਹੈ, ਅਤੇ ਤੂੰ ਆਪਣੀਆਂ ਬੀਵੀਆਂ ਨਾਲ ਪਿਆਰ ਕਿਵੇਂ ਕਰਨਾ ਹੈ? ਮੇਰੇ ਵੀਰਾ ਬਾਹਰ ਕੜਾਈ ਖਾਵੇਂ ਅਤੇ ਬੇਗਮ ਘਰ ਮਸਲਾਂ ਦੀ ਦਾਲ ਖਾਂਦੀ ਹੈ, ਇਹ ਪਿਆਰ ਹੈ। ਆ ਕੁਰਾਨ ਪੜ੍ਹਿਆ ਮੈਂ ਇੱਥੇ ਨੁਕਤਾ ਦੱਸ ਜਾਵਾਂ ਧਿਆਨ ਨਾਲ। ਕੋਈ ਬੰਦਾ ਦੱਸੇ ਵੀ ਔਰਤ ਨੂੰ ਬਾਬੇ ਆਦਮ ਦੀ ਖੱਬੀ ਪਸਲੀ 'ਚੋਂ ਪੈਦਾ ਕਿਉਂ ਕੀਤਾ? ਇੰਨੇ ਬੈਠੇ ਨੇ ਉਲਮਾ ਨੂੰ ਕੱਢ ਕੇ ਦੱਸੋ, ਰੋਜ਼ ਜਲਸੇ ਸੁਣਦੇ ਨਾਰੇ ਮਾਰਦੇ ਹੋ ਅਤੇ ਫਿਰ ਨਾਰੇ ਵੀ ਮਾਰਦੇ ਨੇ ਬੱਲੇ 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 ਬੱਲੇ, ਓਏ ਹੋਏ ਮਸੀਤਾਂ ਦੀਆਂ ਕੰਨਾਂ ਹਿੱਲ ਜਾਂਦੇ, ਸਹੀ ਗੱਲ। ਆਹ ਜਿਹੜੇ ਬੁਨਿਆਦੀ ਮਸਲੇ ਨੇ ਇਹਨਾਂ ਨੂੰ ਤਾਂ ਸੁਣਦੇ ਨਹੀਂ ਅਤੇ ਮੌਲਵੀ ਵੀ ਖੁੱਲ੍ਹ ਕੇ ਬਿਆਨ ਨਹੀਂ ਕਰਦੇ। ਅੱਲਾ ਪਾਕ ਨੇ ਔਰਤ ਅਤੇ ਮਰਦ ਦਾ ਰਿਸ਼ਤਾ ਕਿਵੇਂ ਜੋੜਿਆ ਹੈ? ਅੱਲਾ ਲਹਿਦਾ ਵੀ ਪੈਦਾ ਕਰ ਸਕਦਾ ਸੀ ਪਰ ਆਦਮ ਦੀ ਖੱਬੀ ਪਸਲੀ 'ਚੋਂ ਕਿਉਂ ਪੈਦਾ ਕੀਤਾ ਹੈ? ਅੱਲਾ ਦੱਸਣਾ ਚਾਹੁੰਦਾ ਹੈ ਬੰਦੇ ਦੀ ਖੱਬੀ ਪਸਲੀ ਨਾ ਹੋਵੇ ਬੰਦਾ ਤੁਰ ਨਹੀਂ ਸਕਦਾ। ਅੱਲਾ ਦੇ ਨਬੀ ਫਰਮਾਉਂਦੇ ਨੇ ਇਹ ਪਸਲੀ ਦੀ ਏਡੀ ਅਹਿਮੀਅਤ ਹੈ, ਜਿਸਮ ਦੇ ਨਾਲ ਅਗਰ ਪਸਲੀ ਟੁੱਟ ਜਾਏ ਦਰਦ ਹੋਵੇ ਇਸੇ ਦਰਦ 'ਚ ਬੰਦਾ ਮਰ ਜਾਏ, ਅਤੇ ਅੱਲਾ ਸ਼ਹਾਦਤ ਦੀ ਮੌਤ ਹੀ ਲਿਖ ਦਿੰਦਾ ਹੈ। ਇਹ ਪਸਲੀ ਦੀ ਦਰਦ ਏਡੀ ਨਾ ਮੁਰਾਦ ਹੈ ਕਿ ਮੇਰੇ ਵੀਰਾਂ ਨਾ ਜੀ ਸ਼ਹਾਦਤ ਦੀਆਂ ਬੜੀਆਂ ਕਿਸਮਾਂ ਨੇ। ਜਿਹੜਾ ਬੰਦਾ ਪੇਟ ਦੀ ਬਿਮਾਰੀ 'ਚ ਮੁਬਤਲਾ ਹੋ ਕੇ ਮਰੇ ਉਹ ਵੀ ਸ਼ਹੀਦ ਗਿਣਿਆ ਜਾਏਗਾ। ਸਦੀਕੀ ਸਾਹਿਬ ਧਿਆਨ ਮੇਰੇ ਵੱਲ ਜ਼ਰਾ ਸਿੱਧੇ ਹੋ ਕੇ ਬੈਠੋ ਅਤੇ ਅੱਲਾ ਕਬੂਲ ਫਰਮਾਏਗਾ, ਨਹੀਂ ਤਾਂ ਮੈਂ ਜੁਆ ਕੋਈ ਨਹੀਂ ਪੜ੍ਹਾਉਣਾ।
میں صدیقی صاحب نے 14 کا جمعہ دیتا مارج دا انشاءاللہ آؤ گے نا اتھے انشاءاللہ 14 مارج دا جمعہ میں پڑھاونا ہے اتھے انہاں بڑے سپارشا پا پا کے جمعہ لے آئے میرے دوست نے اللہ عمر چ برکت فرمائے تے آن میرے والے ذرا جملہ بڑا قیمتی پیش کرنا چاہ رہے ہیں آؤ میں میرا پسلی دی اینی جسم چ اہمیت ہے کہ اوہی پسلی ٹوٹ جائے تے بندہ تر سکدا نہیں تر تے اللہ کریم نے آدم دی کھبی پسلی چ عورت نو پیدا کر کے دسیا ہے کہ بندہ عورت تو بنا نہیں چل سکتا عورت بندے تو بنا نہیں چل سکتی اللہ دا رحم نہ تلے کے پسلی دے تھلے کی ہوندا رحم ہر میں بندے دے وچوں عورت نو تد پیدا کیتا ہے کہ انہاں دی محبت جڑی ہے جڑی رہے انہاں دی محبت اللہ تینو جوڑنا چاہندا ہے تو اللہ تینو تینا دیا چار دتیاں صحیح گل ہے تم بھی کرتے نہیں کہ نہیں اللہ تے آندا سن لو پیار نال ذرا جملہ بڑا قیمتی پیش کرنا چاہ رہا میں میرے ویرا عورت دے اندر میرے ویرا اللہ نے مقام رکھیا وے میرے نبی دا فرمان ہے آپ فرماندے نے اے زمین تے اللہ نے کوئی کام دی چیز بھیجی ہے تے اودا نام عورت ہے بندے دے واسطے سکون دی علامت بھیجی ہے تے عورت ہے آپ فرماندے نے بیویاں تے گھراں دے سکون ہوندے نے بیویاں تے گھراں دیاں دوستاں گہنے ہوندے نے تینوں پتہ ہی نہیں انہاں نوں پوچھ جنہاں دے بچے اڈے اڈے ہون تے بیوی تر جے اولاداں رل جاندیاں نے بندیاں دیاں زندگیاں کھواں چ پہ جاندیاں نے انہاں نوں پوچھ کے وے جنہاں دیاں بیویاں جوان بچے چھڈ کے قبراں نوں تر پڑ تینوں انہاں بیویاں دے مقام دا پتہ ہی نہیں تینوں انہاں بیویاں دیاں شاناں دا پتہ نہیں گا میرے نبی کریم فرماندے ہوندے نے آ سن لو ذرا مسئلہ تے جنہاں نوں پتہ ہوے میرے نبی کریم نا پیار کرن والے ہو میرے نبی اکثر فرما دیا کردے سی اینما مثل خدیجہ مینو خدیجہ دی مثلی کوئی نظر نہیں آندے سیدہ خدیجہ دے بارے ماں عائشہ ایک دن کہن لگیاں سونیاں اس بڑھیا جی خاتون دا ہی تذکرہ کردے رہندے فرمایا عائشہ تو جاندی نہیں اے او عورت جنوں اللہ پاک نے نام لے کے سلام بھیجیا سی جبریل نوں کہیا کہ نام لے کے کوی خدیجہ تیرا رب تینوں سلام کہندا ہے آخر ماں چ کیسے کمال ایمان نہ دس بیویاں نے چنگے دن گزارے ہون تے پھر خاوند ہمیشہ یاد رکھدے نے میرے نبی ویرا بدر دے موقع تے کی کہہ رہے نے او میرے دماغ کیڑے موقع تے مینوں یاد کرا دتا ہی ہار میری خدیجہ دا ہے کہندے نے اینما مصر خدیجہ آخر ماں خدیجہ اس موقع تے کیوں یاد آئیے میرے نبی آندے نے ہتھی جنہاں نوں دپن چا کریے مکی آس ندی بچھڑ گیا دی پل پل یاد ستاوے پر ہویاں مدتاں وقت کوئی آیا نہیں پھر مڑ وطن آمل پایا نہیں کچھ سنیا حال سنایا نہیں مدتاں گزر جاندیاں نے نیک بیویاں کردیاں جنتاں ہوندیاں نے نیک بیویاں دی سکون والیاں جگہ دا نا ہے نیک بیویاں جنتاں دا نا ہے نیک بیوی اللہ نے جنت کیا ہے میرے نبی نے جنت کیا وے میرے ویرا سن لا پیار نال میرے نبی فرماندے نے اے میرے صحابیو تہاڈی ماں مینوں یاد کیوں نہ آوے ایک دن میں کیا خدیجہ ہو سکدا تیرے میرے نبا نہ ہون تیرے کول دولتاں بڑیاں تے میرے کول اینے خرچے نہیں تے تیرے ڈیمانڈ دے مطابق تیرے معیار دے مطابق تے میں خرچے نہیں کر سکدا تے ماں خدیجہ کہدی سونیا رات نوں دعوت تے جمع کر لو قریشیاں نوں مکے والے بھی آ گئے قریشی بھی آ گئے ہاشمی بھی آ گئے ماں خدیجہ فرماندیاں نے وے مکے والے او گواہ بن جو اے جنہ خدیجہ دا مال میں اپنے محمد دے قدماں چ ہبا کر دتا وے کہندی سونیا خدیجہ نو مال پیارے نہیں خدیجہ نو تے تاڈی محبت پیاری ہے پہنے توانی میرے نا کوٹھی لاؤ میرے نا بلڈنگ لاؤ تے ماں خدیجہ دی سونیا میرا مال سارا تیرے نا ہے تے اپنی محبت میرے نا لا دے میرے خامداں دے دل ایویں تے نہیں جتے جاندے تے بیویاں دے تذکرے خاوند ایویں تے نہیں کردے کہ میرے ورگی بیوی میری بیوی ورگی تے کسے دی بیوی نہیں ہوندی یہ گل کی ہے آندے نے ہر کامیاب مرد دے پیچھے ایک کامیاب عورت دا ہاتھ ہوندا ہے کسے دے چنگے گھر دے اندر پیچھے عورت دا تے عورت اپنے خاوند دیاں کمائیاں سامدیاں ہیں جدوں وی میرے نبی نوں کوئی پریشانی آندی میرے نبی آندے سیابا تہاڈی ماں خدیجہ مینوں دلاسے دے کے میرا دل وڈیا کر دیندی ہوندی سی
मेरी ये भैने तू भी खामद ना आंदियां दफा 44 ना लाया कर 57 ना लाया कर आंदियां उन्हूं बिस्मिल्ला करके बिठाया कर उन्हूं पुछया कर वे अल्लाह वाले अज की गल है तेरा चेहरा लथा लथा लगता है। मां फरमांदियां ने दुनिया दे ते मेरे नबी नूं सोहणिया माल भी तेरा ते माल वाली भी तेरी है नी भैने तू भी सुन ला दुनिया च जे खामद ते करदे चार्जन उन्हूं क्या कर वे अल्लाह वाले दुनिया का माल लभ जाता है व्यार व्यापार गवाचन ते नहीं लभदे इज्जतां गवाचन ते नहीं लभदियां आ मेरा जेवर वेच के अपना काम सवार लाओ अल्लाह माल देवेगा ते फिर लै आवांगे आ मेरी जिस्त्री दा गूठा लवा लाओ मकान वेच के अपना व्यापार ना गवावी अपना व्यार ना गवावी अपनी इज्जत ना गवावी बुत्ता पूरा कर लाओ सुईया है इको ही वल अंगूरां दी कुछ मिठे ने कुछ खट्टे ने वाह मौला तेरियां कुदरतां दे क्या सोने नक्शे कट्टे ने खिते अगले डंग दी जुड़दी नहीं खई देंदे फिरदे छट्टे ने कई पीरी विच जवान दिसण कई विच जवानी बुढ़े ने किते चेहरे चो चो करदे ने किते टांगी रेंदे उड्डे ने कई मारे हुए नसीबां दे कोई पोते ही करमा वाले ने इको मां दियां तियां इको बाप दे पुत्र एक कुल कोठियां कारां एक कुल सैकल भी नहीं एक मरब्यां दा मालक एक कुल सिर लकौन जोगा कुल्ला भी नहीं कई मारे हुए नसीबां दे कोई पोते ही करमा वाले ने किते सोना ही सोना सोना है किते कन्ना च पाउन वाले नहीं किते लस्सी पीनू लभदी नहीं खियां कुत्ते दुधी पाले ने किते गमां तो छुट्टी मिलदी नहीं किते गमां तो छुट्टी मिलदी नहीं कई खुशियां दे विच अटे ने है इको ही वल अंगूरां दी कुछ कई बंदे बाहरों हसदे नजर आंदे ने टेढ़दे बड़े दुखी हुंदे ने कोई औलाद दा दुखी कोई माल दा दुखी कोई कर्ज दा दुखी कोई मर्ज दा दुखी कोई जहर दुखी कोई बातन दुखी मेरे भाई नहीं साहब कई लोग अगे दुख फोल के ढिड होला कर लेंदे ने ते कई ढिड दे दुख कबरां नूं लै जांदे कदी किसे अगे उहना फोलिया ही नहीं खिते गुजर मुताबक भी बहुत मुश्किल खिते अगे वरतान नू दही जाना है ना देवे ते चांदी दी छाप भी नहीं खिते सोना हडान नू दही जाना है खिते गलच पाटियां लीरा ने खिते रेशम हडान नू दही जाना है ये अल्लाह दियां मर्दियां ने ना जी दोस्ता मसला समझाना चाह रहा है मेरे नबिया दे सहाबियो ये ताड़ी मां खतीजा है इत्थे औरत नू एक दिन भुखा जे इत्थे औरत नू दो दिन भुखा जे ते बांह सिर ते रख लैंदी हाय मैं मर गई लुट्टी गई मेरे नबिया दे सहाबी अज बदर दे मौके ते मेरा नबी क्यों ना रोवे ये ताड़ी मां खतीजा है इत्थे वीरा सहिंदे कर दी बीवी लियांदी होवे अगली आंदी जानू मैंने काम नहीं करना मैंने काम कभी नहीं किया ते मां खतीजा ते ओ सी जिदियां जनाब शाम दी मंडी च तुम्मा सी जिदियां शाम दी मंडी च तस्करे सी जिदियां जनाब जी इनियां तुम्मा के इनी दौलत जेड़े तंबुआं च मेरे नबी दी जंज बैठी उन्हां तंबुआं दियां किलियां भी सोने दियां ठोकियां गईयां सी इन्ना मां कोल माल सी इनी दौलत सी पर अज मेरे नबी दे घर आई औरत ने बीवी बन के वखाया के खामद दे नाल माड़े दिन चंगे कटने पैंदे ने खामद माड़ियां दिन होवे ते माड़ा बन के रहीदा है खामद तगड़ा होवे ते तगड़े क्योंकि कुरान कहंदा है औरत मर्द दा लिबास है मर्द औरत दा लिबास है औरत मर्द दी इज्जत है मर्द औरत दी इज्जत है मियां बीवी दी इज्जत है बीवी मियां दी इज्जत है वीरा बीवी दुख दी सांझी खामद दी है खामद बीवी दे दुख दा सांझा है खामद अपनी बीवी दे दुख च शरीक होवे बीवी अपने खामद दे दुख च शरीक होवे फिर घरां दे निजाम चलदे ने मेरे नबी कहंदे ने इस औरत नूं मैं क्यों ना याद करके रोवां जिन्हें मेरी खातर एक नहीं दो नहीं तीन नहीं चार नहीं पांच नहीं छे नहीं सत नहीं ती नहीं एक नहीं दो महीने नहीं तीन महीने नहीं बारह महीने नहीं चौबी महीने नहीं बल्कि ताड़ी मां खतीजा ने पौने तीन साल या तीन साल शेबे अभी तालक च मेरी खातर भुखा कटियां हड्डियां चूसियां चमड़े खान ते मजबूर
साहबे माल वीरो जिन्ना बादशाही वेखी होवे फकीरी वेखनी बड़ी औखी, जिन्ना अंज कीता वे अंज करना बड़ा मुश्किल। मेरे नबी आंदे सहाबियो, मैं तुहाडी मां खदीजा नूं याद करके क्यों ना रोवां, जिहड़ी मेरी खातर आंतड़ियां दी बीमारी च मुबतला हो गईयां, यानी भुख कट कट के आंतड़ियां नाल लग गईयां। मां खदीजा दी आंतड़ियां सुक गईयां, इसे बीमारी च मां अल्लाह नूं प्यारियां हो गईयां। आप फरमांदे ऐना मां मिसले खदीजा, औरत जो खामद रखे राजी ते समझे खामंदे कुल अशा रयानू, ना वेखे किसे दी चोपड़ी नू ते अपने खामंदी जेब दा ख्याल न रखे। मां खतीजा ने मेरे नबी नाल 3 साल भुख कट के दसिया वे के बीवी दा करदार इंज दा होना चाहिदा वे। बीवियां होन ते इंज दियां होन, अज़ीज़ां ने मन क्यों भी बस करिए कि थके ते नहीं, बीवियां दे करदार इंज दे होने चाहिए। वेख लवो मैं पुछदा इस वास्ते उन्ना ताकि कोई ये ना समझे कि मदनी साहब आप ही लगे ने। अल्लाह दी कसमे सिरा ते परिंदे बैठे ने, इन्हां दे दिलां च गल्लां उतरियां ने, ते मैं भी मिशन लैके आना है। पता नहीं जिंदगी दी केड़े मोड़ ते शाम हो जानी, पता नहीं लाहौर भी पहुँचना कि नहीं, ते मैं चाहना जिहड़ियां गल्लां करां तेरे नाल दिलों करां, मैं जिहड़ियां गल्लां करां तेरे दिल च उतरन। मैं चाहना वे दिल से जो बात निकलती है असर रखती है, पर नहीं मगर ताक ते परवाज रखती है। खुद ही को कर बुलंद इतना कि हर तकदीर से पहले खुदा बंदे से खुद पूछे बता तेरी रजा क्या है। पहने घर च मुसीबतां आ ही जांदियां ने, पर खावन दियां मुसीबतां वेख के डोलना नहीं चाहिए। आखे मैं पेकियां ते चली हूं, मैं चली फलाने दे कर, मैं काम करन चली हूं, तंदिए बादे मुखालफ से ना घबराए ख्वाब, ये तो चलती है तुझे ऊंचा उड़ाने के लिए। मसला समझान वास्ते ना वाकया सुना दिता है कि मेरे नबी फरमांदे ने ऐना मां मिसले खतीजा, मैनू खतीजा दी मिसल ही कोई नजर नहीं आंदी। इस तरह ही मेरे नबी करीम ने मिनाला दी बीवियां ना नबा कीता है। एक दिन मां आयशा सदीका दे घर च सैयदा हफ्सा दे घरों सालन आया, पुत्र इधर वेखो खुदा दा नाम, सैयदा हफ्सा दे घरों सालन आया। मेरे भाई इमरान साहब तुसी भी सुन लो, मेरे भाई नईम साहब तुसी भी सुन लो, मेहमाना ने ग्रामीय कदर तुसी भी सुन लो, कारियतू फरमान साहब तुसी भी सुन लो, मेरे भाई तार सदीकी साहब तुसी भी सुन लो, मेरे भाई मियां तारक साहब अजमत सिहाबा वाले तुसी भी सुन लो, अली मनीर साहब तुसी भी सुन लो। मसला कीमती है, मैं ताड़े पल्ले पाना चाहना है। मेरे नबी पाक ने वेख्या सना दी सौंकन ते मिट्टी की भी पसंद नहीं गई, ये फितरी अमर तुरिया आंदा है। मां आयशा ने प्याला छड़ दिता, उस सालन वाला प्याला जमीन ते गिर पिया। हुण मां कहंदी मैं खलोती सोचा नबी पाक पता नहीं की सलूक करनगे, डर ते आ ही जांदा है। वीरा अजकल दा हुंदा कोई दुनियादार खामद ते आंदा तू अन्नी होई है, तेरे मां प्यो ने तेनू इह सिखाया है, ओ गल ते तेरी बीवी दी गलती, तो ओदी मां पुण ने ना ओदा प्यो पुण देना है, इंज कर नहीं वसदे। मैं आना सुनार दी 100 ते लवार दी 1, बंदा सुनार वल वेखे ते 100 मारदा है, लवार वाल वेखे ते 1 मारदा है। एहो मिसाल मियां बीवी दी है, बंदा अपनी बीवी नूं 100 गल कर ले, जे औरत आक के 1 भी कर दीती ते तेरे पल्ले कुछ नहीं रहना। ते जे तू अपनी जबान कंट्रोल च रख के बोले आंदे इज्जत अपनी अपने हाथ हुंदी है, पर तेनू ये गल्लां कौन खोल के दसे। नासर मदनी तेनू अज दस के जाएगा कि घर किवें वसाई देने, बीवियां दे दिल किवें जीती देने, मेरी ये भैने खामदां दे दिल किवें जीती देने। आ सुन ला अज घरां दे घर बिगड़े पैने, किते बीवी खामदां नहीं बोलदी। मैं ऐसे भी घर विखा सकदा है जिथे घर च रह रहे ने पर बीवी साल हो गए मियां बीवी आपस च बोलदे ही नहीं। मैं दिखा सकदा किस तरह का निजाम, किस तरह की दुनिया, किस तरह का दीन तेरे को आ गया है। नमाजा भी पढ़ना, दाड़ियां भी रखना, हज भी करना, ते काम सारे तेरे शैताना वाले ने, काम सारे तेरे बेईमाना। हाय हाय आंदे ने बारों पाक होया की बनना, जे दिलों ना गई पलीती। बुले शाह कहंदे ने बुले नू लोकी मत्ती देवन, पुत्र बैठ जो प्लीज बैठ जा, तेनू नवी का मुश्किल आई है।
بےحد ہے تیرا اندرا گھر سن لو تیان میرے کملی والے نبی نہ پیار کرن والے ہو سلام جی تھوڑا دروازہ تینوں کھول کے آنا چاہیے آواز نہ وچ گونجے تو سگو بند کر ہے عرض کرنا چاہ رہا میرے امام الانبیاء حسین دینا نہ جاننا پیار کرن والے ہو میرے مدنی تاجدار حلیمہ دے راجدار نہ پیار کرن والے ہو بولو بھی ہون تو بیوی کول کوئی چیز ڈگ پوے یا مول نال کوئی نقصان ہو جائے بندے آندے انی ہوئی ہے تیری اکھاں چ پھولے پے نے ہاتھ ٹوٹے انج بول دے او بولو بول دے جے کہ نہیں پھر آندے تیری ماں نے اچکا ہے تے جے بیوی اگوں کہہ دے تیرے پیو نے انج سکایا ہے کی پلے رہے کچھ نہیں رہنا پلے پر ایک گل سن نبی پاک دسنا چاہندے نے ਇੱਥੇ ਨਰਜੀ ਸੇਵਰ ਦੀਆਂ ਦੋਵੇਂ ਤਾਰਾਂ ਗਰਮ ਹੋ ਜਾਣ ਤੇ ਬਲਬ ਸੜ ਜਾਂਦਾ ਹੈ ਸਾਊਂਡ ਦੀਆਂ ਦੋਵੇਂ ਤਾਰਾਂ ਗਰਮ ਹੋ ਜਾਣ ਤੇ ਸਾਊਂਡ ਸੜ ਜਾਂਦਾ ਪਰ ਅੱਜ ਨਹੀਂ ਸੜਨਾ ਸਾਊਂਡ ਦੀਆਂ ਦੋਵੇਂ ਤਾਰਾਂ ਗਰਮ ਹੋ ਜਾਣ ਤੇ ਸਾਊਂਡ ਸੜ ਜਾਂਦਾ ਹੈ ਵੀਡੀਓ ਵਾਲੇ ਡਰਾਮਾ ਕੇਸਰ ਵਾਲਿਆਂ ਦੀਆਂ ਮੇਰੇ ਵੀਰਾਂ ਦੋਵੇਂ ਤਾਰਾਂ ਗਰਮ ਹੋਣ ਤੇ ਕੈਮਰਾ ਸੜ ਜਾਂਦਾ ਹੈ ਜਨਰੇਟਰ ਦੀਆਂ ਦੋਵੇਂ ਤਾਰਾਂ ਗਰਮ ਹੋਣ ਤੇ ਜਨਰੇਟਰ ਸੜ ਜਾਂਦਾ ਵੇ ਵੀਰਾਂ ਦੋਵੇਂ ਤਾਰਾਂ ਟੋਕੇ ਵਾਲੇ ਬਿਜਲੀ ਦੀਆਂ ਜਨਾਬ ਜੀ ਮੋਟਰ ਦੀਆਂ ਤਾਰਾਂ ਗਰਮ ਹੋਣ ਟਰਪੈਨ ਸੜ ਜਾਂਦੀ ਮੋਟਰ ਸੜ ਜਾਂਦੀ ਹੈ ਪਰ ਜੇ ਮੀਆਂ ਬੀਵੀ ਵਾਲੀਆਂ ਤਾਰਾਂ ਦੋਵੇਂ ਇਕੱਠੀਆਂ ਗਰਮ ਹੋਣ ਘਰ ਉੱਜੜ ਜਾਂਦੇ ਨੇ ਔਲਾਦਾਂ ਸ਼ਰੀਕਾਂ ਦੇ ਬੂਹੇ ਤੇ ਰੁਲ ਜਾਂਦੀਆਂ ਨੇ ਘਰ ਨਹੀਂ ਵਸਦੇ ਮੀਆਂ ਬੀਵੀ ਦੇ ਵਾਸਤੇ ਨਬੀ ਪਾਕ ਨੇ ਨਕਸ਼ਾ ਖਿੱਚਿਆ ਲੱਕਾਂ ਦੁਕਾਨਾਂ ਲਾ ਕੁੰ ਫੀ ਰਸੂਲ ਲਾਹੀ ਉਸ ਵਤਨ ਹਾਸਾ ਨਾ ਮੇਰੇ ਨਬੀ ਦੱਸਣਾ ਚਾਹੁੰਦੇ ਨੇ ਹੁਣ ਆਸ਼ਾ ਕੋਲ ਗਲਤੀ ਹੋ ਗਈ ਏ ਪਰ ਮੈਂ ਉਮਤ ਨੂੰ ਸਬਕ ਦੇਣਾ ਹੈ ਮੈਂ ਉਮਤ ਨੂੰ ਸਬਕ ਦੇਣਾ ਆਪ ਹੌਲੀ ਜੀ ਡਿਕਰੀਆਂ ਇਕੱਠੀਆਂ ਕਰਨ ਲੱਗ ਪਏ ਇਹ ਵੀ ਨਹੀਂ ਕਿਹਾ ਕਿ ਆਪ ਕਰ ਆਪਣੀ ਬੀਵੀ ਨੂੰ ਨਹੀਂ ਕਿਹਾ ਨਬੀ ਪਾਕ ਨੇ ਉਹ ਪਿਆਲੇ ਦੇ ਟੁਕੜੇ ਇਕੱਠੇ ਕੀਤੇ ਤੇ ਹੌਲਾ ਜਿਹਾ ਮੁਸਕਰਾ ਕੇ ਕਹਿੰਦੇ ਨੇ ਆਸ਼ਾ ਇਹ ਟੁੱਟਿਆ ਪਿਆਲਾ ਤੇਰੇ ਕਰ ਰਵੇਗਾ ਤੇ ਜੁੜਿਆ ਪਿਆਲਾ ਹਫਸਾ ਦੇ ਕਰ ਜਾਏਗਾ ਐਸੀ ਨਬੀ ਪਾਕ ਦਾ ਕਰਦਾਰ ਬੀਵੀ ਇੰਜ ਵਸਦੀ ਤੇ ਜੇ ਹੁੰਦੇ ਸਾਡੇ ਵਰਗੇ ਇੱਕ ਬੂਥੇ ਤੇ ਰੱਖਦੇ ਪਰ ਨਬੀ ਪਾਕ ਸਾਡੇ ਵਰਗੇ ਨਹੀਂ ਅਯੋ ਕੁਮ ਮਿਸਲੀ ਮੇਰੇ ਨਬੀ ਦੀ ਮਿਸਲ ਕੋਈ ਦਿਖਾਓ ਤੇ ਸਹੀ ਦਿਖਾਓ ਆ ਸੁਣ ਕਿਉਂ ਵੀ ਤੇਰੀ ਚ ਬੁੜੀ ਤੇਰੀ ਬੋਸਕੀ ਦੀ ਕਮੀਜ਼ ਸਾੜਦੇ ਕੀ ਕਵੇਂ ਬੋਲੋ ਤੇ ਸਹੀ ਮੌਲਾ ਕਹਿੰਦੇ ਨੇ ਕਹਾਂਗੇ ਅੰਨੀ ਹੋਈ ਹੈ ਅੱਲਾ ਨਬੀ ਪਾਕ ਤੈਨੂੰ ਦੱਸਣਾ ਚਾਹੁੰਦੇ ਨੇ ਤੈਨੂੰ ਤੇ ਜੇ ਬੀਵੀ ਕੋਲ ਨੁਕਸਾਨ ਹੋ ਜਾਣ ਜਿਹੜੇ ਗੱਲ ਹੋ ਹੀ ਗਈ ਏ ਜਿਹੜੀ ਗੱਲ ਉਹਦੇ ਤੇ ਐਕਸ਼ਨ ਲੈਣਾ ਨਹੀਂ ਕਿਉਂਕਿ ਨੁਕਸਾਨ ਆਪਣੇ ਕੋਲ ਵੀ ਹੋ ਜਾਂਦਾ ਤੇ ਨਾਲ ਨਬੀ ਪਾਕ ਦੱਸਣਾ ਚਾਹੁੰਦੇ ਨੇ ਕੁੱਲੋ ਬਣੀ ਆਦਮ ਖਤਾਕਾਰ ਆਦਮ ਦੀ ਫਿਤਰਤ 'ਚ ਹੀ ਗੁਨਾਹ ਹੈ ਗਲਤੀ ਆਦਮ ਦੇ ਪੁਤਲੇ ਦੇ ਅੰਦਰ ਗਲਤੀ ਹੈ ਆਦਮ ਦਾ ਪੁੱਤਰ ਹੈ ਗਲਤੀ ਦਾ ਪੁਤਲਾ ਹੈ ਹੁਣ ਮਾਂ ਐਸ਼ਾ ਕੋ ਗਲਤੀ ਹੋਈ ਨਬੀ ਪਾਕ ਵੀ ਅੱਗੋਂ ਕਰਦੇ ਤੇ ਕੰਮ ਬਰਾਬਰ ਹੋ ਜਾਣਾ ਸੀ ਗੱਲ ਰਹਿਣੀ ਪਰ ਅੱਲਾ ਦੇ ਨਬੀ ਗੁਨਾਹਾਂ ਤੋਂ ਪਾਕ ਨੇ ਗਲਤੀਆਂ ਤੋਂ ਹੱਥ ਖੜੇ ਕਰਕੇ ਕਹੋ ਗਲਤੀਆਂ ਤੋਂ ਪਾਕ ਨੇ ਮੇਰੇ ਕਮਲੀ ਵਾਲੇ ਮਹਬੂਬ ਨੇ ਝਿੜਕਿਆ ਵੀ ਨਹੀਂ ਬੋਲੋ ਬੋਲੋ ਝਿੜਕਿਆ ਵੀ ਨਹੀਂ ਥੱਪੜ ਵੀ ਮਾਰਿਆ ਨਹੀਂ ਅੰਨੀ ਵੀ ਕਿਹਾ ਮਾਂ ਵੀ ਪੁਣੀ ਸਹੁਰਾ ਵੀ ਪੁਣਿਆ ਕੁਛ ਨਹੀਂ ਪੁਣਿਆ ਬਲਕਿ ਕਰਦਾਰ ਇਹ ਪੇਸ਼ ਕੀਤਾ ਮਾਂ ਆਸ਼ਾ ਕਹਿੰਦੀ ਮੈਂ ਮੁਸਕਰਾ ਕੇ ਵੇਖ ਲਿਆ ਕਿ ਮੇਰੇ ਨਬੀ ਜੈਸਾ ਖਾਮਦ ਦੁਨੀਆਂ ਦੀ ਰੂਹੇ ਜ਼ਮੀਨ ਤੇ ਨਹੀਂ ਗਾ ਤੇ ਸੁਣ ਲਓ ਮਸਲਾ نبی کریم نے ایتھے بھی گل دسی ہے خز کردا پیا کراں دے اندر جتھے پانڈا ہوئے اوتھے اتے کڑاک ہو جاتا ہے کھڑک پہنتا ہے کھہ پہنتا ہے جتھے پیڑا کڑا ہوئے اتے چکڑ ہو جاتا ہے تے وسدیا گھراں چ لڑائیاں بولتے ہو ہی جاندے پر میاں بیوی دی لڑائی انج دی ہونی چاہیے گنڈے دا کی گاؤنا ادھروں پٹنا تے ਇੱਧਰ ਲਾਉਣਾ ਇਹੋ ਮਿਸਾਲ ਤੇਰੀ ਹੋਣੀ ਚਾਹੀਦੀ ਮੀਆਂ ਬੀਵੀ ਸੁਬਾਹ ਨੂੰ ਲੜਨ ਤੇ ਕੰਨੋ ਕੰਨ ਕਿਸੇ ਨੂੰ ਖਬਰ ਨਾ ਹੋਵੇ ਸ਼ਾਮ ਨੂੰ ਸੁਲਾਹ ਹੋਈ ਹੋਵੇ ਇਹ ਨਹੀਂ ਕਿ ਬੁੜੀ ਲੜੀ ਹੋਵੇ ਤੇ ਬੰਦਾ ਬੂਹੇ ਲੰਘੇ ਤੇ ਆਉਂਦਿਆਂ ਹੀ ਆਖੇ ਤੈਨੂੰ ਵੱਜੇ ਟਰੱਕ ਦੀ ਫੇਠੀ ਫਿਰ ਤੈਨੂੰ ਆਵੇ ਫੂੜੀ ਦਾ ਲਪੇਟ ਸਹੀ ਗੱਲ ਕਹੀ ਇੰਝ ਕਹਿੰਦੀ ਫਿਰ ਤੂੰ ਸੁੱਤਾ ਹੀ ਸੌਂ ਜਾਏ ਇੰਝ ਕਹਿੰਦੀ ਤੇ ਬੰਦਾ ਵੀ ਅੱਗੋਂ ਜੇ ਉਂਝਦਾ ਹੋਵੇ ਤੇ ਆਖੇ ਤੂੰ ਅਜੇ ਮੇਰੇ ਮੱਥੇ ਲੱਗੀ ਤੇਰੀ ਭੈੜੀ ਸੂਰਤ ਮੇਰੇ ਮੱਥੇ ਲੱਗਦੀ ਰਹਿੰਦੀ ਤੇ ਬੰਦਾ ਪੁੱਛੇ ਨਿਕਾਹ ਕਰਕੇ ਲਿਆਂਦੀ ਉਹ ਕਿਹੜੀ ਉੱਡ ਕੇ ਆਈ ਹੈ ਸਹੀ ਗੱਲ ਤੈਨੂੰ ਤੇ ਸੋਚਣਾ ਚਾਹੀਦਾ ਕਿ ਮੀਆਂ ਬੀਵੀ 'ਚ ਗੱਲਾਂ ਫੱਬਦੀਆਂ ਨਹੀਂ ਮੇਰੇ ਨਬੀ ਦੇ ਘਰ ਬੇਟੀ ਫਾਤਮਾ ਆਈ ਰੁਸ ਕੇ
शाम पै गई, आप फरमांदे ने फातिमा घर नहीं गई। अब्बा जी मैं अली ना थोड़ा जा नाराज होके आई है, अली पाक ना बार कंध ना लग के सुन भी मैं वेखा नबी पाक कहें देख। आप फरमांदे ने फातिमा लड़ाइया तो हो जांदियां ने, रुस के नहीं आई दा। अब्बा जी मैं नहीं जाना। अरे मां बेटी पर मैनू दस केड़ा घर है जिथे लड़ाई नहीं होंदी, वो घर दस दे। इस तरह धियां वसदी है तो जे आखिए तू इत्थे बह असी फेंटी लावांगे, असी नक ना लकीरा कढ़ावांगे, तो फिर धियां इंज वसदियां ने? इंज धियां नहीं वसदियां। तियां नूं शर नहीं देदी। नबी पाक ने नाल अगली गल बड़ी सोहनी की, फातिमा इन्हां कदमां ते वापस चले जाओ, अगर अली दी नाराजगी च तेनूं मौत आ गई ते मैं नबी ने तेरा जनाजा भी नहीं पढ़ना। ऐसी खामत दा मकाम। आपने फरमाया औरत तज्जत गुजार भी होवे अगर खामत दी इज्जत नहीं करती, सारी याद उत्ते लानत ही पैंदियां रहिंदियां। हालांकि तज्जत पढ़ना किड्डा वड्डा अफसर अमल है। सुन लै भैणे, पर्दे च बह के सुन वाली है, सुन ला। नासर मदनी दियां गल्लां खुलियां ते खरियां हुंदियां ही। खामत भावे गुनाहगार है, बेनमाज है, लुच्चा है, लपंगा है, जिहो जा मर्जी है, तेरी जन्नत रब ने इहदे कदमां च रखी है। औलाद दी जन्नत मां दे कदमां थले आ, ते बीवी दी जन्नत खामत दे कदमां थले आ। ओए हुण ते बोल पवो, हुण ते बड़ी छेती कहिआ सुभान अल्लाह। अर्ज करना चाह रहा, अपना अन्ना वंडे श्रीनिया पौ पौ अपन अपनी गल आती बोल देनी, ते सुन ला प्यार। अर्ज करता प्यादा ने मन, मेरी मामू लंबी आओ हुसैन देना ना जाने नक्शा खिचे आवे कि घर च लड़ाई हो जाए। अली पाक सुनते पैने घर जाके कहते, फातिमा जिन्ना चिकर तेरी जिंदगी है मैं दूजे निकाह का सोचांगा भी नहीं। ये सी प्यार। जिंदी ना जी दुनिया च धी दईए ओदी इज्जत हमेशा करी दी है। बोलो बोलो ओदी इज्जत। आजरा मसला ते आना समझाना चाह रहे, मेरे कमली वाले मबू ने दस्या वे दुनिया दे अंदर मां धी नू जांदे आ मता देवे, इस गल दा तीए ख्याल रखी। जिस जगह ते खामत तेरा कदम रखे उस जगह ते सिर दे वाल रखी। सारे जग नाल जे ना तेरी बने अपने खामत दे सुलाह तू ना रखी। औरत जो खामद नू रखे राजी ते समझे खामद खुल अशा रयानू, कुली खामद नू बहिश्ते समझे, कुली खामद नू बहिश्ते समझे ते ना वेखे बलांदे चबा रयानू। इंज दियां बीवियां जन्नत होया करदियां ने। हर्ज करदा पिया पैणी, लोकां दियां कोठियां ना वेखी, मां खतीजा वा को मेरे नबी दी दोस्तियां दी शान नू वेखी। अपने काम दी बहार नू वेख्या कर। सुन ला मसला ध्यान नाल, मेरा बीवियां ना नाराजगी हो जाए, तेरी बीवी ते इल्जाम लग जाए ते फिर तेनू नक्शा केड़ा सामने रखना चाहिए। लग जाते हो ना बीवियां ते इल्जाम लग ही जाते ने, पर नक्शा नबी पाक वाला सामने रखना वे। खैरुकुम ले आहली वा ना खैरुकुम मिल आहली। मेरे नबी करीब गजवा बनी मुसलक तो वापस आ रहे पैने, नाप जी रस्ते दे अंदर सगदा शाह दा हार गुम हो गया, पीछे रह गया काफला निकल चुके आए। हजरत सुभान रज़ी अल्लाह तआला अन्हु पीछे जड़िया चीजा रह जांदियां सी वो लैके आंदे हुंदे सी, मां नूं जदों पर्दे च बैठियां वेख आऊं कहंदे इन्ना निला। इन्नी गल कह के मां नूं लैके तुर पैने, जदों उठनी दी मुहार पकड़ ली ते अब्दुल्ला बिन अबई ने मदीने च गल थमा दित्ती है। माशा महादल्ला बुरे रातें वास्ते पिछे रही है ते मां नूं खबर तक नहीं। मदीने काफला पहुंच गया, मां घर पहुंच जांदियां ने। मां खतीजा नूं मेरे वीरा जिस तरह तकलीफ आवे ते मेरे नबी नूं आउंदी है। माशा रो रहियां ने, बुखार की शिद्दत होंदी जा रही है। मेरे नबी करीम घर आउंदे ने,
मां नूं पता ही नहीं बाहर केड़ी नेरी चली पई है, बाहर पता नहीं केड़ा तूफान आया पिया है, पर मेरे नबी करीम नूं मनने वालो आप वीर मस्जिद नबी चाहे ने गल चलदी चलदी मेरे नबी दे कान च पहुंच गई है कि आशा दे बारे लोग गल्लां कर रहे। ईमान ना दस तेरी बीवी दे बारे को गल करे तू सीधा जाके बीवी दे गल पै जाएगा, नी आ की कीता है तेरी मां ने तेनू आ सिखाया है। मेरे नबी बर्दाश्त की हद तक पहुंच गए ने, मिंबर ते चले गए ने, आप फरमांदे ने ओ काफले आलियो ओ मदीने वालियो मैनू परेशान ना करो, जेड़े सियाबी दे बारे तुसी गल्लां करदे जे जदों मैं मदीने च हुंदा मेरे नाल ही हुंदा वे, ते जदों मैं मदीने तो बाहर निकलदा है वो मेरे नाल ही हुंदा है, ते ए गल्लां ना करो। मेरे नबी करीम घर जांदे ने आशा तेरा की हाल है, कहंदियां सोहणिया बुखार बड़ा है, फिर वापस चले जांदे कोल नहीं बैठदे। मां एक दिन कहंदी है सोहणिया जे इजाजत होए ते मैं अपने बाप